ਇਹ ਦਾਤਾ ਭਾਰੀ ਨਹੀਂ ਕਰਦੀ ਹੈ। ਤੇ ਕਹਿੰਦੇ ਸਿਆਰਿਆਂ ਤੇ ਬੇਨਤੀ ਕੀਤੀ ਮਾਲਕਾ ਅਸੀਂ ਤਾਂ ਆਪਣੇ ਭਲੇ ਵਾਸਤੇ ਤੁਹਾਨੂੰ ਦੋ ਵਾਰ ਬੇਨਤੀ ਕੀਤੀ ਸੀ ਇੱਥੇ ਰਹਿ ਕਰਕੇ ਨਾਮ ਜਪਾ ਕਰਕੇ ਸਾਡੀਆਂ ਸਾਧੀਆਂ ਹੋਈਆਂ ਰੂਹਾਂ ਨੂੰ ਸਾਮਨਾ ਕਰੋ। ਸਾਡੇ ਕੋਲ ਭਾਰੀ ਨਹੀਂ ਕਰਦੀ ਦਾਤਾ ਹੈ, ਤੁਸੀਂ ਕਿਰਪਾ ਕਰਕੇ ਇਸ ਧਰਤੀ ਤੇ ਲਾ ਦਿੱਤੀ ਹੈ ਤੇ ਇਹਦਾ ਰੁੱਖ ਬਣ ਜਾਏਗਾ, ਰੁੱਖ ਤਾਂ ਭਾਰੀ ਫਿਕਰ ਦਾ ਹੀ ਹੋਵੇਗਾ। ਲੰਘਦਿਆਂ ਵੜਦਿਆਂ ਸਾਡੀਆਂ ਸਿਰਦੀਆਂ ਪੱਗਾਂ ਭਾਰੀ ਫਿਕਰ ਦੇ ਕੱਢਿਆ ਨਾ ਗ੍ਰੰਥ ਹੋਵੇਗਾ। ਅੱਜ ਇਹ ਗ੍ਰੰਥ ਦੀ ਉਤਪਤੀ ਹੋਣੀ ਹੈ। ਇਹ ਪੰਕਤੀ ਸਿੱਧੀ ਪਰਮਾਤਮਾ ਦੇ ਘਰ ਵਿੱਚੋਂ ਆਈ ਹੈ ਤੇ ਮਾਲਕਾ ਇਹਦਾ ਅਰਥ ਕੀ ਬਣਦਾ ਹੈ? ਦੀਨ ਦੁਨੀਆਂ ਦੇ ਮਾਲਕ ਇਹਦੇ ਦਇਆ ਸਿੰਘਾ, ਜੇ ਤੈਨੂੰ ਅਰਥ ਦੱਸ ਦਿੱਤਾ ਫਿਰ ਤਾਂ ਇਹ ਕਿਸੇ ਧਰਮ ਗ੍ਰੰਥ ਦੀ ਪੰਕਤੀ ਹੋਵੇਗੀ, ਮੈਂ ਤੈਨੂੰ ਪ੍ਰੈਕਟੀਕਲ ਕਰਕੇ ਦੱਸਾਂਗਾ। ਅਜੇ ਇਹਦਾ ਅਰਥ ਬਣਨਾ ਹੈ। ਔਰ ਸਾਹਮਣੇ ਵੇਖ, ਇੱਕ ਨਦੀ ਦੇ ਕੰਢੇ ਤੇ 12 ਸਿੰਘਾਂ ਪਾਣੀ ਕਿਆ ਪੀਂਦਾ ਈ, ਇੱਕ ਆਕਾਸ਼ ਵਿੱਚ ਪੰਛੀ ਉੱਡਦਾ ਪਿਆ ਹੈ, ਪੰਛੀ ਨੇ ਮੱਛੀ ਦੇ ਪੂਗ ਨੂੰ ਪਾਣੀ ਵਿੱਚ ਵੇਖਿਆ ਈ, ਇੱਕੇ ਦਮ ਉਹਨੇ ਆਪਣੇ ਖੰਭਾਂ ਨੂੰ ਸੰਕੋਚ ਕਰਕੇ ਜਦੋਂ ਉਸ ਨਦੀ ਦੇ ਕੰਢੇ ਤੇ ਆ ਕਰਕੇ ਉਤਾਰਾ ਕਰਨਾ ਹੈ, ਪੰਛੀ ਨੇ ਮੂੰਹ ਵਿੱਚ ਮੱਛੀ ਦਾ ਪੂਗ ਪਾ ਕਰਕੇ ਜਦੋਂ ਉੱਡਣ ਲੱਗਣਾ ਈ, ਪੰਛੀ ਤੇ ਡਿੱਗਣ ਕਰਕੇ ਪੰਛੀ ਦੀ ਮੌਤ ਹੋ ਜਾਣੀ ਤੇ ਪੰਛੀ ਦੇ ਮੂੰਹ ਵਿੱਚ ਆਇਆ 12 ਮੱਛੀ ਦਾ ਪੂਗ ਮਾਰਿਆ ਜਾਣਾ ਈ, ਜਦੋਂ ਕਾਲ ਆਉਂਦਾ ਈ ਤਿੰਨਾਂ ਨੂੰ ਮਾਰ ਕੇ ਰੱਖ ਦਿੰਦਾ ਈ, ਜਲ ਕਹਾਂ ਥਲ ਕਹਾਂ ਗਗੜੇ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏਗੇ। ਉਸ ਰੱਬ ਦੇ ਪਿਆਰੇ ਨੇ ਨਦੀ ਤੇ ਬਹਿ ਕਰਕੇ ਜਦੋਂ ਬੰਦਗੀ ਕੀਤੀ ਤੇ ਕਾਲ ਨੇ ਕੁੰਡਾ ਖੜਕਾਇਆ, ਸੰਤ ਜੀ ਤੁਹਾਡੀ ਸਵਾਸਾ ਰੂਪੀ ਮਾਲਾ ਖਤਮ ਹੋ ਗਈ ਹੈ, ਹੁਣ ਤੁਸੀਂ ਚੱਲੋ। ਤੇ ਉਸ ਰੱਬ ਦੇ ਪਿਆਰੇ ਨੇ ਆਖਿਆ, ਮੈਨੂੰ ਥੋੜ੍ਹਾ ਜਿਹਾ ਰਾਸਤਾ ਲਿਆ ਤੇ ਜਿੰਨਾ ਚਿਰ ਤੱਕ ਇਹ ਦੀਵੇ ਤੇਰੇ ਦਰਸ਼ਨ ਨਾ ਕਰ ਲੈਣ ਉਹਨਾਂ ਚਿਰ ਗੱਲ ਨਹੀਂ ਬਣਦੀ। ਗੁਰੂ ਕੇ ਸਿੱਖੋ, ਜਦ ਬਣ ਕੇ ਰੱਬ ਦੇ ਪਿਆਰੇ ਨੇ ਕੀਤੀ ਅਰਦਾਸ ਤੇ ਅਰਦਾਸ ਪਰਮਾਤਮਾ ਦੇ ਘਰ ਪੂਰੀ ਹੋ ਗਈ। ਉਸ ਨਦੀ ਦੇ ਕੰਢੇ ਤੇ ਚਲੇ ਗਏ। ਦੀਨ ਦੁਨੀਆਂ ਦੇ ਮਾਲਕ ਨੇ ਉੱਚੀ ਆਵਾਜ਼ ਮਾਰ ਕਰਕੇ ਆਖਿਆ, ਫਕੀਰਾ ਕੁਟੀਆ ਚੋਂ ਬਾਹਰ ਜਿਹੜੇ ਚੜੇ ਨੇ ਮਾਲਕਾ, ਦਰਸ਼ਨ ਤਾਂ ਹੋ ਗਏ ਪਰ ਤੁਹਾਡੀ ਆਵਾਜ਼ ਚੰਗੀ ਤਰ੍ਹਾਂ ਨਹੀਂ ਸੁਣਦੀ। ਤਰੁੱਠਾ ਮੇਰਾ ਤ੍ਰਿਲੋਕੀ ਦਾ ਮਾਲਕ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਉਤਰੇ, 150 ਫੁੱਟ ਉਧਰ ਨੂੰ ਤੇ 150 ਫੁੱਟ ਉਧਰ ਨੂੰ ਅੱਜ ਵੀ ਨਦੀ ਚੁੱਪ ਕਰਕੇ ਚੱਲਦੀ ਹੈ। ਦੀਨ ਦੁਨੀਆਂ ਦੇ ਮਾਲਕ ਨੇ ਕਰਾਮਾਤ ਦੇ ਨਾਲ ਇਹ ਬੰਦ ਕਰਾਈ ਤੇ ਰਹਿੰਦੀ ਦੁਨੀਆਂ ਤੱਕ ਰਹੇਗੀ, ਕਿਉਂਕਿ ਆਲ ਸੱਚ ਜੁਗਾਲ ਸੱਚ ਦਾ ਸੱਚ ਹੈ। ਜਿਹੜੇ ਇਹਨੂੰ ਸਮਝ ਜਾਂਦੇ ਨੇ ਉਹਨਾਂ ਦਾ ਜੀਵਨ ਹਰ ਹੋ ਜਾਂਦਾ ਹੈ। ਗੁਰੂ ਕੇ ਸਿੱਖੋ, ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਤੁਸੀਂ ਇੱਥੇ ਇਕੱਤਰ ਹੋਣ ਵਾਸਤੇ ਆਏ। ਦੁਨੀਆਂ ਦਾ ਬਾਲਕਾ ਤੂੰ ਕਿਹਨੂੰ ਨਹੀਂ ਤਾਰਿਆ, ਜਿਹਦੇ ਤੇ ਤੇਰੀ ਕਿਰਪਾ ਹੋ ਗਈ, ਵੱਡੇ ਤੋਂ ਵੱਡੇ ਦਰਵਾਜ਼ੇ ਦਰਵਾੜੇ ਵੀ ਚਲੇ ਗਏ ਸੰਸਾਰ ਦੇ ਉੱਤੋਂ, ਜਾਣਾ ਤਾਂ ਸਾਰਿਆਂ ਨਹੀਂ ਹੈ। ਬਾਹੇ ਗਹੇ ਕੀ ਲਾਹੇ ਅਸ ਗੋਬਿੰਦ ਦਾਸ ਤੁਹਾਰ, ਤੂੰ ਵੱਡਾ ਅਸੀਂ ਨੀਚਾ, ਸਾਡੇ ਵਰਗਾ ਲਾਲਚੀ ਮਨੁੱਖ ਕੋਈ ਨਹੀਂ। ਗੁਰਬਾਣੀ ਅੰਦਰ ਭਗਵਾਨ ਦੋ ਆਵ ਐਸੇ ਤੂੰ ਐਸਾ, ਹਮ ਆਪੀ ਤੂੰ ਆਪ ਖੰਡਰ ਨੀ ਕੋ ਠਾਕੁਰ ਦੇਸਾ, ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ ਤੂੰ ਸਭ ਸਰ ਨਹੀਂ ਦਿਆ, ਮੋਹੇ ਸਭ ਸਰ ਪਾਪੀ ਤੇਰੇ ਵਰਗਾ ਵਿਆਪੂ ਕੋਈ ਨਹੀਂ। ਪੈਦਨਾ ਵਧੋ ਕਦੀ ਖਿੜਕ ਜਾਂਦਾ ਹੈ, ਕਿਉਂਕਿ ਜਨਮਾਂ ਜਨਮੰਤਰਾਂ ਦੀ ਖੇਡ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰ ਹੋਇਓ, ਕਈ ਜਨਮ ਐਵਰ ਬ੍ਰਿਕ ਹੋਇਓ, ਕਈ ਜਨਮ ਸੈਰ ਕੀ ਕਰਿਆ, ਉਹ ਸਾਫ ਨਹੀਂ ਹੁੰਦਾ। ਤੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ, ਬੰਦਗੀ ਕੀਤੀ ਜਾਏ ਜਾਂ ਜਨ ਬਣ ਕਰਕੇ ਅਰਦਾਸ ਕੀਤੀ ਜਾਏ, ਪਰਮਾਤਮਾ ਤ੍ਰਿਪਤ ਕਰਕੇ ਕਿਰਪਾ ਕਰ ਦਿੰਦਾ। ਅਰਦਾਸ ਹੈ ਸਾਡੇ ਤੇ ਕਿਰਪਾ ਕਰ, ਸੰਸਾਰ ਦਾ ਇਹ ਰੰਗ ਮੇਲਾ ਹੈ, ਸੰਸਾਰ ਦੀਆਂ ਇਹ ਸੰਸਾਰਕ ਬਿਰਤੀਆਂ ਨੇ। ਦੀਨ ਦੁਨੀਆਂ ਦੇ ਮਾਲਕ ਨੂੰ ਬਾਬਾ ਫਰੀਦ ਜੀ ਨੇ ਵੀ ਇਹ ਗੱਲ ਆਖੀ ਹੈ, ਦਿਲੋਂ ਹੋ ਮੁਹੱਬਤ ਜਿੰਨ ਸਹੀ ਸੱਤਿਆ, ਜਿਨ ਮਨ ਹੋਰ ਮੁੱਖ ਕਰੀਏ ਆਪ ਲੀਏ ਲੜ ਲਾਏ, ਦਰਦ ਵੇਸ ਸੇ ਤਨ ਜਨੇਂਦੀ ਮਾਓ, ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਹੜੀ ਹੀ ਪਛਾਤਾ ਸੱਚ ਤੁਪਾ ਪੈਰ ਰੂਪ। ਦੀਨ ਦੁਨੀਆਂ ਦਾ ਸਾਡੇ ਕੋਲ ਇੱਥੇ ਮਹਾਨ ਆਰੂ ਸ਼ਿਸ਼ੀ ਦਾ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਨੂੰ ਸਕੱਤਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਾਹਿਬ, ਉਹ ਵੀ ਇੱਥੇ ਤੌਰ ਤੇ ਆਏ ਨੇ।
ਕਿਸੇ ਤੋਂ ਹੋਰ ਰਾਜਨੀਤੀ ਬੰਦੇ ਨੂੰ ਕੀਤੀ ਆਏ ਉਹ ਸਾਡੇ ਤੇ ਕਿਰਪਾ ਕਰੇ ਭਾਵੀ ਕਰੇ ਸਭ ਕੁਛ ਬਾਬਾ ਗੁਰਦਾਸ ਸਿੰਘ ਜੀ ਹੋਰਾਂ ਦਾ ਪਰਿਵਾਰ ਨਾਲ ਸਾਰਾ ਪਿਆਰ ਹੈ ਕਿਸੇ ਕਾਰਨ ਕਰਕੇ ਉਹ ਆ ਨਹੀਂ ਸਕੇ ਉਹਨਾਂ ਸਦੇ ਭੇਜੀ ਹੈ ਪ੍ਰਵਾਨ ਕਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਦੇ
ਖੁੱਲ੍ਹੇ ਦਰਸ਼ਨ ਦੇ ਦਾਇਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਪਾਵਣ ਨੇ ਤਾਣਿਆਂ ਦੇ ਤਾਂ ਸਤਿ ਸ਼੍ਰੀ ਅਕਾਲ।
ਖਾਲਸਾ ਗੁਰਬਾਣੀ 14 ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਇਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ ਅਤੇ ਮਾਂ ਅਨੁਸਾਰ ਸਾਡੇ ਬਹੁਤ ਹੀ ਪਿਆਰੇ ਭਤੀਜ ਸੁਰਜਿੰਦਰ ਸਿੰਘ ਜਿਹਨੂੰ ਅਸੀਂ ਪਿਆਰ ਨਾਲ ਗਿਆਨੀ ਜੀ ਵੀ ਕਹਿੰਦੇ ਹਾਂ ਉਹਨਾਂ ਦਾ ਪਿਛਲੇ ਦਿਨ 16 ਮਈ ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਉਹਨਾਂ ਦੇ ਮਿੱਤ ਉਹਨਾਂ ਦੀ ਆਤਮ ਸ਼ਾਂਤੀ ਲਈ ਸਾਡੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪਿੰਡ ਦੇ ਇਸ ਖੁੱਲ੍ਹੇ ਗੁਰਦੁਆਰਾ ਸਾਹਿਬ ਵਿੱਚ ਭਾਈ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਨੇ ਬੜਾ ਵਿਯੋਗਮਈ ਅਤੇ ਬੜਾ ਰਸ ਭਿੰਨਾ ਕੀਰਤਨ ਕੀਤਾ। ਉਸ ਤੋਂ ਉਪਰੰਤ ਸੰਤ ਬਾਬਾ ਸੋਨੂੰ ਜੀ ਨੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਵੈਸੇ ਤਾਂ ਜਦੋਂ ਸਾਡੇ ਸਿੱਖ ਧਰਮ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਪੈ ਜਾਵੇ ਹੋ ਪੈ ਜਾਵੇ ਉਪਰੰਤ ਕੀਰਤਨ ਹੋ ਜਾਵੇ ਕਥਾ ਹੋ ਜਾਵੇ ਅਤੇ ਬਾਕੀ ਸ਼ਰਧਾ ਵਾਲੀ ਗੱਲ ਰਹਿ ਤਾਂ ਨਹੀਂ ਜਾਂਦੀ, ਪਰੰਤੂ ਫਿਰ ਵੀ ਜਿਸ ਤਰ੍ਹਾਂ ਗਿਆਨੀ ਜੀ ਵਰਗੇ ਬੰਦੇ ਨੂੰ ਜਿਸ ਤਰ੍ਹਾਂ ਉਹਨਾਂ ਦੇ ਸਮਾਜ ਦੇ ਲੋਕ ਜਿਹੜੇ ਉਹਨਾਂ ਦੇ ਨਾਲ ਬਿਲਕੁਲ ਨਜ਼ਦੀਕੀ ਲੋਕਾਂ ਦਾ ਰਿਸ਼ਤਾ ਵਾ ਸਾਂਝ ਵਾ ਅਤੇ ਜੇ 2 ਮਿੰਟ ਵਚਨ ਬਰਾਸ ਵੀ ਕਰ ਲੈ ਜਾਣ ਤਾਂ ਮਾੜੀ ਗੱਲ ਨਹੀਂ। ਗਿਆਨੀ ਜੀ ਮਤਲਬ ਮੇਰੇ ਭਤੀਜਾ ਦੇ ਸਕੇ, ਇਹਨਾਂ ਦਾ ਜਨਮ 1977 'ਚ ਮਤਲਬ ਜਦੋਂ ਇਹ ਗੋੜਾ ਪਰਿਵਾਰ ਬਹੁਤ ਬੁਲੰਦੀਆਂ 'ਚ ਸੀ। ਇਸ ਪਿੰਡ ਦੇ ਸਰਪੰਚ ਸਨ ਮੇਰੇ ਪਿਤਾ ਜੀ, ਇਹਨਾਂ ਦੇ ਦਾਦਾ ਦੀ ਸਰਪੰਚ ਚੈਨ ਸਿੰਘ। ਉਸ ਵੇਲੇ ਹੀ ਇੱਕ ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਮੋਹਨ ਸਿੰਘ ਤੁੜ ਲੋਕ ਸਭਾ ਦੇ ਉਸ ਟਾਈਮ 'ਤੇ ਮੈਂਬਰ ਸਨ ਅਤੇ ਜਦੋਂ ਇਹਨਾਂ ਦਾ ਜਨਮ ਹੋਇਆ ਜਿਤਨਾ ਗੁਰਬਾਣੀ 'ਚ ਆਉਂਦਾ ਨਾ ਵੀ ਕਬੀਰਾ ਜਬ ਹਮ ਆਏ ਜਗਤ ਮੇ ਜਗ ਹੰਸੇ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹੰਸੇ ਜਗ ਰੋਏ। ਬਹੁਤ ਖੁਸ਼ੀਆਂ ਕੀਤੀਆਂ ਗਈਆਂ ਜਦੋਂ ਇਹਦਾ ਜਨਮ ਹੋਇਆ। ਬਹੁਤ ਸਰਪੰਚ ਜਿੰਨੇ ਲੋਕ ਮੇਰੇ ਪਿੰਡ ਦੇ ਰਿਸ਼ਤੇਦਾਰ ਨੇ ਉਹ ਸਰਪੰਚ ਚੈਨ ਸਿੰਘ ਦੇ ਇਸ ਭਾਅ ਤੋਂ ਭੇਤੀ ਹੋਣਗੇ ਅਤੇ ਬਹੁਤ ਖੁਸ਼ੀ ਸਾਰਾ ਕੀਤਾ ਗਿਆ ਉਹਨਾਂ ਦੀ ਗਵਾਹੀ ਹੇਠ। ਬਹੁਤ ਜ਼ਿਆਦਾ ਮਤਲਬ ਮੈਨੂੰ ਚੇਤਾ ਵਾ, ਬਹੁਤ ਰੋਜ਼ ਹੀ ਮਤਲਬ ਜਿਸ ਤਰ੍ਹਾਂ ਵੀ ਹੁਣ ਚਲੋ ਉਹ ਚੀਜ਼ਾਂ ਮਤਲਬ ਦੱਸਣ ਵਾਲੀਆਂ ਨਹੀਂ। ਇੱਥੇ ਬਹੁਤ ਮਤਲਬ ਲੰਗਰ ਚੱਲਦੇ ਰਹੇ ਜਦੋਂ ਇਹਦਾ ਜਨਮ ਹੋਇਆ। ਅੱਜ ਜਦੋਂ ਇਹ ਸਾਨੂੰ ਸਦੀਵੀ ਵਿਛੋੜਾ ਦੇ ਕੇ ਜਾ ਰਿਹਾ ਵਾ ਅਤੇ ਮੈਂ ਵੇਖਣ ਡਿਆ ਸੀ ਇਹਨਾਂ ਦੀਆਂ ਕਿਸੇ ਨੇ ਫੋਟੋ ਲਈਆਂ ਅੰਤਮ ਟਾਈਮ ਦੀਆਂ ਅਤੇ ਹੱਸਦੇ ਨਜ਼ਰ ਆ ਰਿਹਾ ਸੀ ਅਤੇ ਅਸੀਂ ਬਹੁਤ ਜ਼ਿਆਦਾ ਰੋ ਰਹੇ ਹਾਂ। ਮਤਲਬ ਗੁਰਬਾਣੀ ਦੀਆਂ ਤੁੱਕਾਂ ਇੱਥੇ ਸਾਨੂੰ ਸਹੀ ਲੱਗੀਆਂ। ਹੁਣ ਮੈਂ ਮਤਲਬ ਗਿਆਨੀ ਜੀ ਦਾ ਜਿੱਦਾਂ ਤੁਹਾਨੂੰ ਦੱਸਿਆ ਵਾ 77 'ਚ ਜਨਮ ਹੋਇਆ, ਇਹਨਾਂ ਨੇ ਮੈਟ੍ਰਿਕ ਕੀਤੀ ਖੇਤੀਬਾੜੀ ਦੇ ਕੰਮ 'ਚ, ਮਤਲਬ ਇਹਨਾਂ ਨੇ ਖੇਤੀਬਾੜੀ ਦਾ ਮੇਨ ਇਹਨਾਂ ਨੇ ਕੰਮ ਕੀਤਾ ਅਤੇ ਬੜਾ ਸਫਲ ਖੇਤੀਬਾੜੀ ਦਾ ਇਹਨਾਂ ਦਾ ਕੰਮ ਸੀ ਅਤੇ ਕੁਝ ਦਿਨ ਹੋਏ ਆ ਇਸ ਵਰਗ ਸੁਧਾਰ ਗਏ ਆ ਅਤੇ ਮੈਂ ਜ਼ਿਆਦਾ ਟਾਈਮ ਨਾਲ ਮੈਂ ਡਾਇਕ ਵਾਵਾ ਹੋ ਗਿਆ ਵਾ ਅਤੇ ਇਸ ਇਲਾਕੇ ਦੇ ਮੈਂ ਜਿੰਨੇ ਬੰਦੇ ਆਏ ਸਾਡੇ ਗਿਆਨੀ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਆ, ਸਾਡੇ ਗੁਆਂਢੀ ਸਾਧੂ ਸਿੰਘ ਚੰਮਲ, ਮਤਲਬ ਮੈਨੂੰ ਨਹੀਂ ਲੱਗਦਾ ਕਿ 365 ਦਿਨਾਂ ਦੇ ਵਿੱਚੋਂ ਅੱਧੇ ਦਿਨ ਇੱਕ ਦੂਜੇ ਨੂੰ ਨਾਮ ਮਿਲਦੇ ਹੋਣ, ਉਹਨਾਂ ਨੂੰ ਮੈਂ ਬੇਨਤੀ ਕਰਦਾ 2 ਮਿੰਟਾਂ ਦੀ। ਸਾਧੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਭੋਗ ਪਾਏ ਗਏ ਹਨ, ਉਪਰੰਤ ਕੀਰਤਨ ਕਥਾ ਜੀ ਨੇ ਸਰਵਣ ਕੀਤੀ ਹੈ। ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ, ਮਾਸਟਰ ਜੀ ਜੋ ਸਰਦਾਰ ਸਰਜੈਨ ਸਿੰਘ ਜੀ, ਸਵਰਗਵਾਸੀ ਸਰਪੰਚ ਸਾਹਿਬ ਅਤੇ ਮੇਰੇ ਬੜੇ ਪੜ੍ਹੇ ਲਿਖੇ ਹਨ, ਬੜੇ ਸੋਝੀ ਦੱਸਦੇ ਹਨ ਕਿ ਬੁੜਾ ਪਰਿਵਾਰ ਜਿਹੜਾ ਹੈ ਬਹੁਤ ਵੱਡਾ ਪਰਿਵਾਰ ਹੈ। ਇਸ ਪਰਿਵਾਰ ਨੂੰ ਬੜਿਆ ਘਟਨਾ ਦਾ ਸਮਾਂ ਨਜ਼ਰ ਆ ਰਿਹਾ ਹੈ। ਇਸ ਪਰਿਵਾਰ ਦੇ ਬੜੇ ਹੀ ਸਾਰੀਆਂ ਅੱਖਾਂ ਦੇ ਸਾਹਮਣੇ ਤੁਰ ਗਏ ਹਨ ਕਿ ਤਿੰਨ ਭਰਾ ਸਰਦਾਰ ਪ੍ਰਧਾਨ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ, ਰਾਣੀ ਉਹਨਾਂ ਦੇ ਪੇੜੇ ਤਜਿੰਦਰ ਸਿੰਘ ਜੀ, ਬਿਲੂ ਜੀ, ਪੀਰਾ ਜੀ, ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਸਾਡੇ ਹਲਕੇ ਦੇ MLA ਸਾਹਿਬ ਨਾਨਕੋ ਸਰਦਾਰ ਹਰਿਮੰਦਰ ਸਿੰਘ ਜੀ ਗਿੱਲ, ਜੋ ਪੱਟੀ ਤੋਂ MLA ਸਾਹਿਬ ਹਨ, ਉਹਨਾਂ ਦਾ ਇਸ ਪਰਿਵਾਰ ਨਾਲ ਬੜਾ ਪਿਆਰ ਹੈ। ਜੋ ਸੁਰਜਿੰਦਰ ਸਿੰਘ ਜੀ ਗਿਆਨੀ ਹੈ ਇਹ ਹਰ ਰੋਜ਼ ਮੈਨੂੰ ਵਿਪਰਾਂ ਕਰਦੇ ਹਨ, ਮੈਂ ਉੱਧਰ ਦਾ ਸੋਚਦਾ ਕਿ ਸੁਰਜਿੰਦਰ ਉਹਨੇ ਇੱਕ ਤਰ੍ਹਾਂ ਬੋਲਾਇਆ। ਮੈਂ ਵਟਸਐਪ 'ਤੇ ਪੜ੍ਹੀਆਂ ਨੇ ਜਾਂ ਫੋਟੋ ਦੇਖਦਾ ਰਹਿੰਦਾ, ਮੈਨੂੰ ਵਟਸਐਪ ਚਲਾਉਣ ਨਹੀਂ ਆਉਂਦਾ, ਸਾਰਾ ਮੇਰਾ ਵਟਸਐਪ ਹੀ ਚਲਾਇਆ ਜਾਂਦਾ। ਇਹਨੇ ਜਦੋਂ ਮੈਂ ਵਟਸਐਪ ਖੋਲ੍ਹਣਾ ਉੱਥੇ ਲਿਖਿਆ ਹੋਣਾ ਚਾਹੀਦਾ ਸਾਧੂ ਚੰਬਲ, ਅਤੇ ਮੈਂ ਆਪਣਾ ਕਿੰਨਾ ਸਿਆਣਾ ਬੱਚਾ, ਚਲੋ ਮੈਂ ਤੈਨੂੰ ਪੜ੍ਹਿਆ ਸਾਨੂੰ ਕਿਹੜਾ ਚਲਾਉਣਾ ਆਉਂਦਾ। ਮੈਂ ਬਹੁਤ ਜ਼ਿਆਦਾ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਸਾਰੇ ਪਰਿਵਾਰ ਨੂੰ ਇਸ ਵਾਸਤੇ ਜੋੜ ਕੇ ਬੇਨਤੀ ਕਰਦਾ, ਜਿੱਦਾਂ ਦਾ ਪਰਿਵਾਰ ਆ ਸਾਰੇ ਰਲ ਕੇ ਦਿਓ ਇਕੱਠੇ ਚਲੋ ਗਏ ਇਸ ਇਲਾਕੇ ਦੀਆਂ ਬਹੁਤ ਮਹਾਨ ਸ਼ਖਸੀਅਤਾਂ, ਸਰਦਾਰ ਸੁਰਿੰਦਰ ਸਿੰਘ ਜੀ ਹੋ ਗਏ ਜਿਨ੍ਹਾਂ ਨੇ ਬੜੀ ਰਿਸ਼ਤੇਦਾਰੀ ਖੋਲ੍ਹੀ ਹੈ ਪਰਿਵਾਰ ਨਾਲ,
ਰਜੀਤ ਸਿੰਘ ਜੀ ਦਸਹਿਰਾ ਕਰਨ ਵਾਲਾ ਸਾਹਿਬ ਇੱਥੇ ਆ ਹੋਰ ਨਗਰ ਚੰਬਲਾਂ ਦੇ ਸਰਪੰਚ ਸਾਡੇ ਨਗਰ ਦੀ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਰੀ ਇੱਥੇ ਪਹੁੰਚੀ ਆ ਬਹੁਤ ਜਿਹੜੇ ਸਾਰੇ ਵੀਰ ਇੱਥੇ ਪਹੁੰਚੇ ਆ ਬਾਬਾ ਜੀ ਨੇ ਕਥਾ ਕਰਦਿਆਂ ਕਰਦਿਆਂ ਨੇ ਭਗਤੀ ਹੁੰਦੇ ਹੀ ਇਸ ਸੰਸਾਰ ਦੇ ਉੱਤੇ ਬੰਦਾ ਰਾਜਗਾਰ ਮੈਂ ਭਗਤੀ ਪੜ੍ਹ ਕੇ ਉਸ ਤੋਂ ਬਾਅਦ ਸਮਾਪਤੀ ਕਰਨੀ ਹੈ ਗੁਰੂ ਸਾਹਿਬ ਜੀ ਦੇ ਰਾਜਿਆਂ ਨਾਲ ਕੋਈ ਜੁੜਿਆ ਪੂਰੇ ਪ੍ਰਵਾਸੇ ਅੱਖੀ ਮੇਲਣਾ ਰੱਖੀਆਂ ਭਾਵਰੰਗ ਤਮਾਸੇ ਉਸ ਕਲਿੰਦਾ ਕਾਨ ਸੁਣ ਰੋਣ ਦੇ ਹਾਸੇ ਸਾਡੀ ਜੀਵਨਾਂ ਰੱਖੀਆਂ ਉਹ ਭੋਗ ਬਲਾਸੇ ਪੀਰ ਮਰੀਦਾ ਪੁਰੀ ਸਜੀ ਰਹਿ ਰਾਸੇ ਸੱਚਿਆ ਪਾਤਸ਼ਾਹ ਕਿਰਪਾ ਕਰਿਓ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੱਸਿਓ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਬਹੁਤ ਬਹੁਤ ਸੱਚੇ ਪਾਤਸ਼ਾਹ ਕੇ ਬੇਨਤੀ ਕਰਦਾ ਇਹਨੂੰ ਆਪਣੇ ਚਰਨਾਂ ਨੂੰ ਸੱਚੇ ਪਾਤਸ਼ਾਹ ਲਾਇਓ ਮੈਂ ਇਹਨੂੰ ਇੱਕ ਗੱਲ ਯਾਦ ਆ ਗਈ ਹਾਂ ਸਰਦਾਰ ਭਗਤ ਸਿੰਘ ਗਿੱਲ ਜਦੋਂ ਐਮ ਐਲ ਏ ਨਹੀਂ ਸੀ ਨਾ ਬਣੇ ਲੋਕਾਂ ਨੇ ਕਹਿਣਾ ਕਿ ਜਦੋਂ ਐਮ ਐਲ ਏ ਬਣੂਗਾ ਫੇਰ ਵੇਖਾਂਗੇ ਜਿਹੜੀ ਇਹਨਾਂ ਦੇ ਕਰਮਾਂ ਦੇ ਵਿੱਚ ਭਾਵਨਾ ਸਿੱਖੀ ਆ ਕੋਈ ਨਹੀਂ ਕਰ ਸਕਦਾ ਇੱਕ ਦਿਨ ਨਾ ਅਸੀਂ 6 ਵਜੇ ਉੱਥੇ ਸਾਹਕੋਟ ਦੇ ਵਿੱਚ 2-4 ਘੰਟਿਆਂ ਦਾ ਪਿੰਡ ਕੱਢਿਆ ਕੱਢਣ ਤੋਂ ਬਾਅਦ ਇੱਕ ਫੁਲਕਾ ਖਾਧਾ ਖਾ ਕੇ ਢੋਟੀ ਭੋਗ ਸੀ ਉੱਥੇ ਆਏ ਢੋਟੀਆਂ ਤੋਂ ਪੱਟੀ ਭੋਗ ਉੱਥੇ ਆਏ ਪੱਟੀ ਤੋਂ ਇੱਕ ਹੋਰ ਪੱਟੀ ਕਿਸੇ ਘਰ ਗਏ ਉਦੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਸਰਪੰਚ ਸਾਹਿਬ ਲੁਧਿਆਣਾ ਬੜੇ ਵਾਲੇ ਵੱਡੇ ਢਿੱਲੇ ਸੀ ਅਤੇ ਗਿਰ ਸਾਹਿਬ ਕਹਿੰਦੇ ਜਾਂਦੇ ਜਾਂਦੇ ਉਹਨਾਂ ਦਾ ਪਤਾ ਲਿਆ ਸੀ ਉਹਨਾਂ ਬਹਿ ਕੇ ਮੈਨੂੰ ਯਾਦ ਕਿ ਉਹਨਾਂ ਦੇ ਆਖਰੀ ਸਵਾਲ ਸੀ ਕਹਿਣ ਲੱਗੇ ਮੈਂ ਬੈਠਾ ਗਿੱਲ ਤੇਰੇ ਕੋਲ ਆਇਆ ਤੈਨੂੰ ਮਿਲਣ ਵਾਸਤੇ ਮੈਂ ਤੁਹਾਨੂੰ ਵੀ ਯਾਦ ਕਰਦਾ ਮੈਂ ਗਿੱਲਿਆ ਮੈਂ ਤੇਰੇ ਬੱਚਿਆਂ ਨੂੰ ਦੇਖ ਦੇਖ ਕਰੋ ਕਿਸੇ ਗੱਲਾਂ ਟੈਨਸ਼ਨ ਨਹੀਂ ਲੈਣੀ ਜਾਂ ਕਹਿ ਤੇ ਖੱਬੀ ਉੱਥੇ ਮੌਤ ਹੋਈ ਸੀ ਸਰਦਾਰ ਗੁਰਵੇਲ ਸਿੰਘ ਦੀ ਉਹਨਾਂ ਦੇ ਘਰ ਗਏ ਅਜੇ ਘਰ ਦੇ ਪਹੁੰਚੇ ਤੇ ਉਹਨਾਂ ਦੇ ਘਰੋਂ ਸੱਦਾ ਆ ਗਿਆ ਬਲਕਾਰ ਸਿੰਘ ਲੁਧਿਆਣੇ ਪੂਰੇ ਹੋ ਗਏ ਆ ਉੱਥੋਂ ਹੀ ਗਿੱਲ ਸਾਹਿਬ ਕਹਿਣ ਲੱਗੇ ਨਹੀਂ ਜੇ ਆਪਾਂ ਉਹਦੇ ਘਰ ਗਏ ਉਹਨੇ ਆਪਾਂ ਨੂੰ ਕਿਹਾ ਪੁੱਛੀ ਜੀ ਆਪਾਂ ਫਿਰ ਵਾਪਸ ਮੁੜੀਏ ਫਿਰ ਉਹਦੇ 'ਤੇ ਲੋਈ ਪਾ ਕੇ ਫਿਰ ਵਾਪਸ ਸਾਹਕੋਟ ਫਿਰ ਜਾ ਕੇ 3-4 ਘੰਟੇ ਉੱਥੇ ਜਾ ਕੇ ਸਾਹਕੋਟ ਪਿੰਡ ਕੱਢੇ ਗਏ ਤਾਂ ਉਦੋਂ ਕਰ ਸਕਦਾ ਸਾਡੇ ਸਤਿਕਾਰ ਜਲੇਵਾਲ ਸਾਹਿਬ ਜੀ ਇੱਥੇ ਪਹੁੰਚਿਆ ਉਹ ਸਾਰੀਆਂ ਮਹਾਨ ਸ਼ਖਸੀਅਤਾਂ ਆਈਆਂ ਮੈਂ ਗਿੱਲ ਸਾਹਿਬ ਤੋਂ ਇੰਨਾ ਉਦੋਂ ਪੁਰਾਣਾ ਅੱਜ ਵੀ ਹੁਣ ਸਾਹਕੋਟ ਤੋਂ ਆ ਰਿਹਾ ਸਵੇਰ ਦੇ ਕਰਦਾ 7-8 ਵਜੇ ਸਾਹਕੋਟ ਚਲੇ ਗਏ ਉੱਥੋਂ ਸਾਰਾ ਕੰਮ ਕਰਕੇ ਫਿਰ 8 ਵਜੇ ਨਹੀਂ ਉਹ ਪਰਿਵਾਰ ਨਾਲ ਬਹੁਤ ਪਿਆਰ ਆ ਆਪਾਂ ਜ਼ਰੂਰ ਜਾਣਾ ਇਹੋ ਜਿਹੇ ਐਮ ਐਲ ਏ ਸਾਹਿਬ ਨੂੰ ਮੈਂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਜਿਨ੍ਹਾਂ ਨੇ ਅੱਜ ਤੱਕ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਅਸੀਂ ਤਾਂ ਚਾਹੁੰਦੇ ਹਾਂ ਵੀ ਵਿਤਕਰੇ ਕਰਨੇ ਚਾਹੀਦੇ ਆ ਔਰ ਉਹਨਾਂ ਦੀ ਉੱਚੀ ਸੁੱਚੀ ਸੋਚ ਆ ਰੋਸ਼ਨ ਦਿਮਾਗ ਆ ਉਹ ਕਹਿੰਦੇ ਮੈਂ ਐਮ ਐਲ ਏ ਸਾਹਿਬ ਨੂੰ ਬਣਿਆ ਮੈਂ ਸਾਰਿਆਂ ਦਾ ਬਣਿਆ ਮੈਂ ਇਕੱਲੇ ਕਾਂਗਰਸ ਦਾ ਨਹੀਂ ਬਣਿਆ ਮੈਂ ਸਾਰਿਆਂ ਦਾ ਬਣਿਆ ਇਸ ਕਰਕੇ ਮੈਨੂੰ ਕੋਈ ਵਿਤਕਰਾ ਨਹੀਂ ਉਹ ਵੀ ਸਾਡੇ ਤਰੀਕੇ ਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਰਦਾਰ ਅਸੀਸ ਸਿੰਘ ਦੀ ਬਾਤ ਮਤਲਬ ਨਿੱਕੀ ਉਮਰੇ ਹੀ ਉਹ ਧਾਰਮਿਕ ਗੱਲਾਂ ਰੁਚੀ ਸੀ ਅਤੇ ਸਾਨੂੰ ਕਈ ਤਰ੍ਹਾਂ ਉਹਦੀਆਂ ਗੱਲਾਂ ਤੁਸੀਂ ਪ੍ਰਭਾਵਿਤ ਹੁੰਦੇ ਰਹੇ ਬਾਕੀ ਟਾਈਮ ਅਭਾਵ ਗਿਆ ਮੈਂ ਜਲਦੀ ਜਲਦੀ ਬੁਲਾਰਿਆਂ ਨੂੰ ਬੁਲਾਉਣਾ ਵਾਂ ਇਹਨਾਂ ਦੇ ਕਹਿੰਦੇ ਜੀ ਉਹਨਾਂ ਦੇ ਨਾਨਕੇ ਆ ਪਿੰਡ ਉੱਬੂਗੇ ਸੁਖਵਿੰਦਰ ਸਿੰਘ ਉੱਬੂਗੇ ਸਾਹਿਬ ਆਏ ਆ ਉਹਨਾਂ ਦੇ ਮਾਮਾ ਜੀ ਲੱਗਦੇ ਆ ਕੋਈ 7-8 ਫੁੱਟ ਅਚਾਨਕ ਐਡਾ ਵੱਡਾ ਪਰਮੇਸ਼ਰ ਨੇ ਜਿਹੜਾ ਸਦਮਾ ਦਿੱਤਾ ਹੈ ਬਹੁਤ ਹੀ ਪਰਿਵਾਰ ਵਾਸਤੇ ਸਾਰੇ ਰਿਸ਼ਤੇਦਾਰ ਵਾਸਤੇ ਸੰਬੰਧੀਆਂ ਵਾਸਤੇ ਅਸਹਿ ਹੈ ਲੇਕਿਨ ਉਸ ਕਾਲ ਪੁਰਖ ਪਰਮੇਸ਼ਰ ਅੱਗੇ ਕਿਸੇ ਦੀ ਕੋਈ ਵਾਸਤੇ ਗੱਲ ਨਹੀਂ ਕੋਈ ਗੱਲ ਹੀ ਕਹਿਣ ਜੋਗੀ ਜੋ ਇਹ ਵੱਡਾ ਭਾਣਾ ਵਾਪਰਿਆ ਤੋਂ ਕਿਹਾ ਜੀ ਲੋਕਾਂ ਜਿਹੜੇ ਭਾਂਜੇ ਸਨ ਮੇਰੇ ਤੋਂ ਸਾਡੀ ਉਮਰ ਦਾ ਥੋੜ੍ਹਾ ਹੀ ਫਰਕ ਸੀ 4-5 ਸਾਲ ਦੀ ਉਮਰ ਦਾ ਹੀ ਫਰਕ ਸੀ ਮੇਰਾ ਤੇ ਮੈਂ ਭਰਾਵਾਂ ਲੱਗਿਆ ਰਿਸ਼ਤਾ ਸੀ ਕਿਉਂਕਿ ਮੇਰੇ ਤਾਇਆ ਜੀ ਮੇਰੇ ਡੈਡੀ ਜੀ 5 ਭਰਾ ਸਨ ਔਰ ਸਾਡੀ ਭੈਣ ਜੀ ਜੋ ਗਿਆਨੀ ਜੀ ਮਾਤਾ ਜੀ ਆ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਸਨ ਔਰ ਜਦੋਂ ਇਹ ਦੋਤਾ ਹੋਇਆ ਇਹ ਸਭ ਤੋਂ ਪ੍ਰੇਖਾ ਪਰਿਵਾਰ ਦਾ ਦੋਤਾ ਸੀਗਾ ਤੋਂ ਗਿਆਨੀ ਜੀ ਦੇ ਨਾਲ ਸਾਰੇ ਸਾਡੇ ਪਰਿਵਾਰ ਦਾ ਬਹੁਤ ਪਿਆਰ ਸੀਗਾ ਬਾਕੀ ਜਿਹੜੇ ਦਾਦਾ ਜੀ ਜਿਹੜੇ ਸਨ ਉਹਨਾਂ ਦੇ ਮਾਮਾ ਜੀ ਦੀ ਲੜਕੀ ਜਿਹੜੇ ਪਰਿਵਾਰ ਵਿੱਚ ਸਰਦਾਰ ਜੱਸਾ ਸਿੰਘ ਦੇ ਜਿਹੜੇ ਘਰ ਸੀ
ਸੀ ਬੀਬੀ ਚਰਨ ਕੌਰ ਵਹਿਗੜੀ ਜੀ ਪੁਰਾਣੀ ਰਿਸ਼ਤੇਦਾਰੀ ਸੀ ਬੜੇ ਸਾਂਝ ਇਸ ਪਰਿਵਾਰ ਦੇ ਨਾਲ ਸੀ ਔਰ ਮੈਨੂੰ ਯਾਦ ਹੈ ਛੋਟੇ ਹੁੰਦਿਆਂ ਨੂੰ ਜਿਸ ਤਰ੍ਹਾਂ ਗਿਆਰੀ ਜੀ ਦੇ ਚਾਚਾ ਜੀ ਬਸ਼ੇਸ਼ ਵਜੀ ਉਹਨਾਂ ਦੱਸਿਆ ਇਸ ਪਰਿਵਾਰ ਦੇ ਵਿੱਚ ਜੈਦਾ ਮੋਹਨ ਸਿੰਘ ਤੋੜ ਜਦੋਂ ਐਮ ਪੀ ਸਨ ਉਸ ਤੋਂ ਬਾਅਦ ਲਹਿਣਾ ਸਿੰਘ ਆਇਆ ਤਰਵਰ ਸਿੰਘ ਤੋੜ ਆਇਆ ਬੜੀ ਬੂਟੀ ਖੋਲਦੀ ਸੀ ਇਲਾਕੇ ਵਿੱਚ ਔਰ ਸਾਡੇ ਵੀ ਜੋ ਸਾਡੇ ਤਾਏ ਜੀ ਹੋਣਾ ਜਿਹੜਾ ਹੋਰ ਰਿਸ਼ਤੇਦਾਰ ਦੇ ਇਲਾਕੇ ਦੇ ਸੱਜਣਾ ਮਿੱਤਰਾਂ ਨੂੰ ਕੋਈ ਕੰਮ ਕਾਰ ਛੱਡਾਂ ਤਾਂ ਮੈਂ ਤਾਇਆ ਜੀ ਹੋਣਾ ਕਹਿਣਾ ਉਹਨਾਂ ਇੱਥੇ ਆਉਣਾ ਔਰ ਜੈਂਟ ਸਿੰਘ ਸਰਪੰਚ ਸਾਹਿਬ ਜਾਂ ਭਾਰੀ ਨਰਿੰਦਰ ਸਿੰਘ ਜੀ ਹੋਣਾ ਇਹਨਾਂ ਨੂੰ ਲੈ ਕੇ ਆਉਣਾ ਔਰ ਤਾਂ ਤੋਂ ਜਾਣਾ ਅਸੀਂ ਘਰ ਛੋਟੇ ਛੋਟੇ ਗੱਲਾਂ ਸੁਣੀਆਂ ਕਿ ਕੰਮ ਬਹੁਤ ਧੜਲੇ ਨਾਲ ਕਰਦੇ ਆ ਬਹੁਤ ਬਹੁਤ ਖੁਸ਼ੀ ਹੁੰਦੀ ਰਿਸ਼ਤੇਦਾਰ ਨੂੰ ਪਰ ਪਰਮੇਸ਼ਰ ਦੀ ਕੋਈ ਇਹੋ ਜਿਹੀ ਚੀਜ਼ ਜੋ ਕਰੋਪੀ ਹੋ ਗਈ ਕਿ ਜੋ ਦੂਸਰੀ ਪੀੜ੍ਹੀ ਸੀ ਸਾਡੇ ਭਾਈਆਂ ਜੀ ਔਰ ਇਹਨਾਂ ਦੇ ਪਰਿਵਾਰ ਦੇ ਵਿੱਚ ਦੂਸਰੇ ਚਾਚੇ ਤਾਇਆਂ ਦੇ ਲੜਕੇ ਸਨ ਬੜਾ ਚੜ੍ਹਦੀ ਕਲਾ ਪਰਿਵਾਰ ਸੀ ਲੇਕਿਨ ਜਿਸ ਬੰਦੇ ਦਾ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਬੇਵਸ ਤੌਰ ਜਿਹੜੀ ਆ ਉਹ ਬਲਦੇ ਗਏ ਪਰਿਵਾਰ ਬਹੁਤ ਸਮੇਂ ਵਿੱਚ ਚਲੇ ਗਿਆ ਪਰ ਬਾਅਦ ਵਿੱਚ ਪਰਮੇਸ਼ਰ ਦੀ ਹੁਣ ਕਿਰਪਾ ਹੋਈ ਜੇ ਤੀਸਰੀ ਪੀੜ੍ਹੀ ਜਿਹੜੀ ਖੇਡ ਸੀ ਹੁਣ ਇਹਨਾਂ ਨੌਜਵਾਨਾਂ ਨੇ ਹਰਜਿੰਦਰ ਸਿੰਘ ਭਾੜੀ ਜਾਂ ਸੁਖਜਿੰਦਰ ਸਿੰਘ ਹੋਣੀ ਸਾਰੇ ਨੌਜਵਾਨ ਜਿਹੜੇ ਆ ਇਹਨਾਂ ਦੀ ਜੋ ਵਿਰਾਸਤ ਦੇ ਵਿੱਚ ਖੂਨ ਦੇ ਵਿੱਚ ਇੱਕ ਰਾਜਨੀਤਿਕ ਜਿਹੜੀ ਆ ਉਹ ਵਧੀ ਆ ਇਨਸਾਨ ਦੇ ਵਿੱਚ ਉਹਨੇ ਰਾਜਨੀਤਿਕ ਨੂੰ ਮੁਕਤ ਕਰਨ ਵਾਸਤੇ ਇੱਦਾਂ ਉੱਤੇ ਸਾਡੇ ਐਮ ਐਲ ਏ ਸਾਹਿਬ ਸਰਦਾਰ ਅਮਰਿੰਦਰ ਸਿੰਘ ਗਿੱਲ ਸਾਹਿਬ ਨਾਲ ਦਿਨ ਰਾਤ ਮਿਹਨਤ ਕਰ ਰਹੇ ਸਨ ਉਹਨਾਂ ਦੇ ਨਾਲ ਬਹੁਤ ਪਿਆਰ ਸੀਗਾ ਔਰ ਜੁੜੇ ਹੋਏ ਸਨ ਔਰ ਪਰਮੇਸ਼ਰ ਦਾ ਅਕਾਲ ਪੁਰਖ ਦਾ ਇਹੋ ਜਿਹਾ ਭਾਣਾ ਵਾਪ ਰਿਹਾ ਕਿ ਗਿਆਨੀ ਜੀ ਹੱਸਦੇ ਵਾਸਤੇ ਕੋਈ ਚਿਰਚੇ ਤਾਂ ਸੀ ਸਾਧੂ ਸਾਰਿਆਂ ਨੂੰ ਸਰੀਰ ਵੀ ਛੁੜਾ ਦੇ ਗਏ ਬਹੁਤ ਦੁੱਖ ਵਾਲੀ ਗੱਲ ਆ ਉਹ ਗਿਆਨੀ ਜੀ ਦਾ ਐਮ ਐਲ ਏ ਸਾਹਿਬ ਜੀ ਨਾਲ ਬਹੁਤ ਪਿਆਰ ਸੀਗਾ ਕਿਉਂਕਿ ਗਿਆਨੀ ਜੀ ਭਾਵੇਂ ਪੜ੍ਹੇ ਥੋੜ੍ਹੇ ਸਨ ਲੇਕਿਨ ਉਹਨਾਂ ਦੀ ਦਿਮਾਗ ਜਿਹੜਾ ਸੀ ਬਹੁਤ ਵੱਡਾ ਸੀਗਾ ਪੂਰੀ ਦੇਸ਼ ਦੀ ਪੰਜਾਬ ਦੀ ਰਾਜਨੀਤੀ ਉਹ ਖਬਰਾਂ ਅਖਬਾਰਾਂ ਫੇਸਬੁੱਕ ਰਾਹੀਂ ਪੜ੍ਹ ਕੇ ਜਿਹੜੇ ਦਿਮਾਗ ਜਿਹੜੇ ਸਨ ਔਰ ਇਸੇ ਕਾਰਨ ਹੀ ਉਹਨਾਂ ਨੇ ਹਰ ਇੱਕ ਰਿਪੋਰਟ ਜਿਹੜੀ ਆ ਵਟਸਐਪ ਦੇ ਫੇਸਬੁੱਕ 'ਤੇ ਸ਼ੇਅਰ ਕਰ ਲਈ ਭਾਰਤ ਦੇ ਮਸਲੇ ਉਹਨਾਂ ਨੂੰ ਉਠਾਉਣਾ ਅਤੇ ਗਿੱਲ ਸਾਹਿਬ ਦੀ ਹਰ ਇੱਕ ਕਾਰੀਗਰੀ ਉਹਨਾਂ ਨੇ ਸ਼ੇਅਰ ਕਰਨਾ ਗਿੱਲ ਸਾਹਿਬ ਦੇ ਨਾਲ ਬਹੁਤ ਪਿਆਰ ਬਣ ਗਿਆ ਇਸੇ ਕਾਰਨ ਜਿੱਦਣ ਗਿੱਲ ਸਾਹਿਬ ਨੂੰ ਅਸੀਂ ਮੌਤ ਦਾ ਪਤਾ ਲੱਗਾ ਅਤੇ ਗਿੱਲ ਸਾਹਿਬ ਜੀ ਤੁਰੰਤ ਕੈਪਟਨ ਸਾਹਿਬ ਆਏ ਤਰਨਤਾਰਨ ਅਤੇ ਉਹ ਤੋਂ ਉੱਚੇ ਤੌਰ 'ਤੇ ਆਏ ਆ ਸੋ ਮੈਂ ਜ਼ਿਆਦਾ ਕੁਝ ਵੀ ਕਹਿੰਦਾ ਨਾ ਹੋਇਆ ਪਰਮੇਸ਼ਰ ਕਾਲਪੁਰ ਕੇ ਚਰਨਾਂ ਦੀ ਬੇਨਤੀ ਕਰ ਅਰਦਾਸ ਕਰਦਾ ਅਤੇ ਪਰਿਵਾਰ ਨੂੰ ਆਉਣ ਵਾਲਾ ਸਮਾਂ ਜਿਹੜਾ ਉਹ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਬੱਚਿਆਂ ਦੇ ਅਕਾਲ ਪੁਰਖ ਰਹਿਮ ਦਾ ਬਖਸ਼ੇ ਅਤੇ ਥੋੜ੍ਹਾ ਪਰਿਵਾਰ ਦੇ ਸਾਰੇ ਦੇ ਆਉਣ ਵਾਲਾ ਸਮਾਂ ਚਾਹੁੰਦੇ ਜ਼ਿਆਦਾ ਖੁਸ਼ੀਆਂ ਖੇੜਿਆਂ ਹੋਏ ਖੇੜਿਆਂ ਹੋਏ ਅਤੇ ਸੁਖਜਿੰਦਰ ਸਿੰਘ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਅਰਦਾਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਹੈ ਬੜੀ ਸੁਖਜਿੰਦਰ ਦੀ ਖਰੇੜੇ ਦੀ ਮੌਤ ਹੈ ਸੋ ਕੁਦਰਤ ਦਾ ਹੀ ਹੈ ਮੈਂ ਖੁਸ਼ੀ ਮਨਾਇਆ ਵਾਧੀ ਹੈ ਤੇ ਦੁੱਖ ਮਨਾਇਆ ਘੱਟਦਾ ਹੈ ਅੱਜ ਆਪਾਂ ਸਾਰੇ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਦੁੱਖ ਘੱਟ ਕਰਨ ਵਾਸਤੇ ਇਕੱਤਰ ਹੋਏ ਹਾਂ ਪਰਮਾਤਮਾ ਦਾ ਭਾਣਾ ਹੈ ਮੇਰਾ ਬੜਾ ਹੀ ਪਿਆਰਾ ਭਾਣਜਾ ਮੇਰਾ ਉਪੋਕੇ ਦੇ ਪਿੰਡ ਦੇ ਨਾਲ ਹੀ ਪਿੰਡ ਬਰਗਾੜੀ ਸੀ ਹੁਣ ਮੇਰੀ ਰਹਿਸ਼ ਫੱਟੀ ਹੈ 3 ਕਿਲੋਮੀਟਰ ਦਾ ਫਾਸਲਾ ਹੈ ਮੈਂ ਇਹ ਇੰਨਾ ਜਾਣਦਾ ਤਕਰੀਬਨ 1.5 ਸਾਲ ਤੋਂ ਜਿੰਨੀਆਂ ਵੀ ਪਾਰਟੀ ਦੀਆਂ ਗਤੀਵਿਧੀਆਂ ਜਿੰਨੀਆਂ ਵੀ ਗਿੱਲ ਸਾਹਿਬ ਦੀਆਂ ਗਤੀਵਿਧੀਆਂ ਮੈਂ ਫੇਸਬੁੱਕ ਰਾਹੀਂ ਸ਼ੇਅਰ ਕਰਦਾ ਸੀ ਸਭ ਤੋਂ ਪਹਿਲਾਂ ਮੈਂ ਸੁਖਜਿੰਦਰ ਜਵਾਨਾ ਕਰਦਾ ਸੀ ਮੈਂ ਇਸ ਵੀਰ ਨੂੰ ਫੇਸਬੁੱਕ ਰਾਹੀਂ ਹੀ ਜਾਣਨ ਲੱਗਾ ਅਤੇ ਮੈਨੂੰ ਪਤਾ ਲੱਗਾ ਵੀ ਇਹ ਸੁਖਵਿੰਦਰ ਸਿੰਘ ਉਪੋਕੇ ਦਾ ਭਾਣਜਾ ਹੈ ਸੁਖਵਿੰਦਰ ਸਿੰਘ ਮੇਰਾ ਵੀਰ ਹੈ ਮੇਰਾ ਵੀ ਭਾਣਜਾ ਹੀ ਲੱਗਾ ਉਦੋਂ ਤੋਂ ਮੇਰਾ ਤਕਰੀਬਨ 1.5 ਸਾਲ ਤੋਂ ਇਹਦੇ ਨਾਲ ਬਹੁਤ ਪ੍ਰੇਮ ਕਰਦਾ ਸੋ ਇਹ ਜਿਹੜੀ ਘਟਨਾ ਹੈ ਬਹੁਤ ਹੀ ਪਰਿਵਾਰ ਵਾਸਤੇ ਅਸਹਿ ਹੈ ਕੋਈ ਜਾਣਦੀ ਉਮਰ ਨਹੀਂ ਸੀ ਸੋ ਪਰਮਾਤਮਾ ਦੇ ਬਾਣੀ ਨੂੰ ਕੋਈ ਟਾਲ ਨਹੀਂ ਸਕਦਾ ਜਨਮ ਤੇ ਮੌਤ ਇਹ ਪਰਮਾਤਮਾ ਦੇ ਹੱਥ ਨੇ ਪ੍ਰਭੂ ਜੋ ਇਨਸਾਨ ਦਾ ਜੀਵਨ ਹੈ ਉਹ ਵੀ ਆਪਣੇ ਹੱਥ ਹੈ ਵੀ ਉਹਨੇ ਜਿਉਣਾ ਕਿਸ ਤਰ੍ਹਾਂ ਸੋ ਜਿੱਦਾਂ ਰੋਪੇ ਦਾ ਅਸੀਂ ਗਿਆਨੀ ਵੀ ਕਹਿੰਦੇ ਸਨ ਉਹਨਾਂ ਨੇ ਜਿੰਨਾ ਵੀ ਆਪਣਾ ਜੀਵਨ ਜੀਵਿਆ ਬਹੁਤ ਹੀ ਸਾਫ਼ ਸੁਥਰਾ ਜੀਵਨ ਜੀਵਿਆ ਸੋ ਮੈਂ ਬਹੁਤ ਜ਼ਿਆਦਾ ਕਹਿੰਦਾ ਆ ਆਪਣੀਆਂ ਦਿਲ ਦੀਆਂ ਗਹਿਰਾਈਆਂ ਨੂੰ ਆਪਣੇ ਪਿਆਰੇ ਬਣਦੇ ਨੂੰ
ਚਾਹਤਾ ਦੇ ਗੁਰੂ ਬੇਨ ਕਰਦਾ ਆ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਸ ਪਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਪਰੰਤ ਪਰਿਵਾਰ ਨੂੰ, ਬੱਚਿਆਂ ਨੂੰ, ਕਰੀਬੀ ਰਿਸ਼ਤੇਦਾਰਾਂ ਨੂੰ ਪਾਣਾ ਮੰਗਣਾ ਪਰਮੋਸ਼ੇ ਕਿੰਨੀਆਂ ਹੀ ਬੇਨਤੀਆਂ ਕਰਦਾ ਹੈ। ਬਹੁਤ ਹੀ ਅਰਜ਼ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਇਸ ਪਰਿਵਾਰ ਅਤੇ ਇਸ ਪਰਿਵਾਰ ਦੀ ਰਾਜਨੀਤਿਕ ਅਤੇ ਸਮਾਜਿਕ ਦੇਣ ਬਾਰੇ ਜ਼ਿਕਰ ਕੀਤਾ ਹੈ ਅਤੇ ਮੈਂ ਸਮਝਦਾ ਕਿ ਇਹ ਬਹੁਤ ਦੁਖਦਾਈ ਘੜੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਵਿਅਕਤੀ ਦਾ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ, ਜਿੱਥੇ ਪਰਿਵਾਰ ਵਾਸਤੇ ਕਾਫੀ ਦੁਖਦਾਈ ਹੈ ਉੱਥੇ ਸਮਾਜ ਵਾਸਤੇ ਵੀ ਬਹੁਤ ਵੱਡਾ ਮਹੱਤਵਪੂਰਨ ਘਾਟਾ ਪੈਂਦਾ ਹੈ। ਕਿਉਂਕਿ ਅੱਜ ਦੇ ਯੁੱਗ ਵਿੱਚ ਇੱਕ ਸੂਝਵਾਨ ਵਿਅਕਤੀ ਅਤੇ ਇੱਕ ਰਾਜਨੀਤਿਕ ਵਿਅਕਤੀ ਦਾ ਪੈਦਾ ਹੋਣਾ ਬਹੁਤ ਮਹੱਤਵਪੂਰਨ ਹੈ ਔਰ ਮੈਂ ਇਸ ਪਰਿਵਾਰ ਨਾਲ ਜਿਵੇਂ ਮੇਰੇ ਵੀਰ ਨੇ ਦੱਸਿਆ ਬਖਸ਼ੀ ਜਵੰਦਾ ਜੀ ਨੇ ਕਿ ਜਿਸ ਤਰ੍ਹਾਂ ਇਹ ਸਾਰਾ ਪਰਿਵਾਰ ਹੈ ਉਸ ਤਰ੍ਹਾਂ ਅਸੀਂ ਵੀ ਅਧਿਆਪਕਾਂ ਦਾ ਇੱਕ ਵੱਡਾ ਪਰਿਵਾਰ ਹੈ ਅਤੇ ਮੈਂ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਸਾਡਾ ਵੀ ਇੱਕ ਪਰਿਵਾਰਕ ਰਿਸ਼ਤਾ ਇਸ ਪਰਿਵਾਰ ਨਾਲ ਅਤੇ ਬਖਸ਼ੀਸ਼ ਚਵੰਦਾ ਜੀ ਨਾਲ ਜਿਹੜਾ ਸਾਡਾ ਰਿਸ਼ਤਾ ਹੈ ਉਸੇ ਦੇ ਕਾਰਨ ਅਸੀਂ ਇਸ ਪਰਿਵਾਰ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਹਾਂ ਔਰ ਇਹ ਗੱਲ ਸਹੀ ਹੈ ਕਿ ਮੌਤ ਦੇ ਜਿੰਨੇ ਵੀ ਵਿਖਿਆਨ ਕਰ ਲਈਏ ਇਹ ਇਸਦਾ ਕੋਈ ਸਾਡੇ ਕੋਲ ਜਵਾਬ ਨਹੀਂ ਬਚਦਾ। ਲੇਕਿਨ ਸਮਾਜ ਵਿੱਚ ਅਸੀਂ ਸਾਰੇ ਹੀਲੇ ਜੀਂਦਾ ਰਹਿਣ ਲਈ ਕਰਦੇ ਹਾਂ ਅਤੇ ਮੇਰਾ ਖਿਆਲ ਹੈ ਕਿ ਇੰਨੀ ਵੱਡੀ ਪੱਧਰ 'ਤੇ ਰਿਸ਼ਤੇਦਾਰ ਭੈਣ ਭਾਈ ਬੈਠੇ ਨੇ ਤਾਂ ਸਾਨੂੰ ਸਾਰਿਆਂ ਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਅੱਜ ਸਾਡੇ ਜਵਾਨ ਇਸ ਵੀਰ ਦਾ ਚਲੇ ਜਾਣਾ ਸਾਡੇ ਪਰਿਵਾਰ ਲਈ ਅਸਹਿ ਹੈ ਉੱਥੇ ਤਰ੍ਹਾਂ ਸਮਾਜ ਵਿੱਚ ਬਹੁਤ ਯੰਗ ਏਜ ਵਿੱਚ ਮੌਤਾਂ ਹੋ ਰਹੀਆਂ ਨੇ ਅਤੇ ਜਿਹੜਾ ਸਾਡਾ ਸਿਹਤ ਪ੍ਰਬੰਧ ਹੈ ਜਿਹਨੇ ਸਾਡੀ ਉਮਰ ਨੂੰ ਥੋੜ੍ਹਾ ਘਣਾ ਲੰਬਾ ਕਰਨਾ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਉਸ ਸਿਹਤ ਸਿਸਟਮ ਦੇ ਸੁਧਾਰ ਵਾਸਤੇ ਵੀ ਰਲ ਮਿਲ ਕੇ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਵਿਅਕਤੀਗਤ ਰੂਪ ਵਿੱਚ ਅਸੀਂ ਸਾਰੇ ਇਸ ਮੌਤ ਡੈਡੀ ਮੌਤ ਨੂੰ ਇਹਦੇ ਨਾਲ ਟੱਕਰ ਲੈਂਦੇ ਹਾਂ ਪਰ ਕਿਉਂਕਿ ਸਿਹਤ ਸਹੂਲਤਾਂ ਚੰਗੀਆਂ ਹੋਣਗੀਆਂ ਅਤੇ ਸਾਰੇ ਸਮਾਜ ਅੰਦਰ ਲੋਕਾਂ ਦਾ ਜਿਹੜਾ ਜੀਵਨ ਦਾ ਜਿਹੜਾ ਹੈਗਾ ਹੈ ਸਪੈਨ ਉਹ ਲੰਬਾ ਹੋ ਸਕਦਾ ਹੈ ਅਤੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਸਮਾਜ ਅੰਦਰ ਸਿਹਤ ਸਹੂਲਤਾਂ ਜਾਂ ਸਿੱਖਿਆ ਸਹੂਲਤਾਂ ਦਾ ਮਾੜਾ ਹਾਲ ਚੱਲ ਰਿਹਾ ਅਤੇ ਮਾੜਾ ਹੁੰਦਾ ਜਾ ਰਿਹਾ ਉਹਦੇ ਵਾਸਤੇ ਸਾਨੂੰ ABC ਪੋਲੀਟੀਕਲ ਪਾਰਟੀਆਂ ਦੀ ਗੱਲ ਛੱਡ ਕੇ ਸਾਂਝੇ ਰੂਪ ਵਿੱਚ ਉਹਨਾਂ 'ਤੇ ਜ਼ਰੂਰ ਸਾਨੂੰ ਮਿਲ ਬੈਠ ਕੇ ਚਰਚਾ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਸਮਾਜ ਅੰਦਰ ਇਸ ਤਰ੍ਹਾਂ ਜਵਾਨ ਸੂਝਵਾਨ ਅਤੇ ਰਾਜਨੀਤਿਕ ਲੋਕਾਂ ਜਿਹੜੇ ਸਾਡੇ ਤੋਂ ਵਿਛੜ ਰਹੇ ਆ ਉਹਨਾਂ ਨੂੰ ਮਜੀਦ ਸਾਥ ਸਕੀਏ। ਇਹਨਾਂ ਸ਼ਬਦਾਂ ਨਾਲ ਮੈਂ ਇਸ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ ਪਰੰਤੂ ਬਹੁਤ ਹੀ ਦੁਖਦਾਇਕ ਸੰਗਤਾਂ ਤੋਂ ਕੇ ਬੈਠੇ ਹਾਂ ਕਿਉਂਕਿ ਜਿਵੇਂ ਆਪਾਂ ਸਾਰਿਆਂ ਨੂੰ ਪ੍ਰਕਾਸ਼ ਤੋਂ ਕੁਝ ਦਿਨ ਪਹਿਲਾਂ ਸਰਦਾਰ ਸੁਖਜਿੰਦਰ ਸਿੰਘ ਜਿਨ੍ਹਾਂ ਨੂੰ ਗਿਆਨੀ ਜੀ ਕਹਿ ਕੇ ਕਰਦੇ ਸਨ ਕਿਵੇਂ ਸਨ ਸਾਡਾ ਉਹ ਪੁੱਤਰ ਸੀ ਮੇਰੇ ਸਰਦਾਰ ਜੀ ਨੂੰ ਅੱਗੇ ਨਹੀਂ ਦੱਸਿਆ ਮੇਰਾ ਭਰਾ ਸਰਦਾਰ ਬੇਟੇ ਸਿੰਘ ਉਹਨਾਂ ਦੀ ਪੁੱਤਰੀ ਨਾਲ ਗਿਆ ਸੀ ਉਹ ਸਾਡਾ ਬਿਮਾਰ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਅਚਾਨਕ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭੈਣਾਂ ਭਰਾਵਾਂ ਨੂੰ ਕੁਛ ਹੋਇਆ ਕਿ ਗਏ ਨੇ ਉਹਨਾਂ ਦੀ ਆਪਣੇ ਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਪੁੱਤ ਭੇਟ ਕਰਨਾ ਬਾਕੀ ਆਪਾਂ ਸੰਗਤ ਦੇ ਰੂਪ ਵਿੱਚ ਬੈਠੀ ਹੈ ਸੰਗਤ ਜੀ ਭਾਵੇਂ ਇਹ ਕੁਦਰਤਾ ਸਮੂਹ ਹੈ ਕਿ ਜੋ ਵੀ ਸੰਸਾਰ 'ਤੇ ਆਇਆ ਉਸ ਨੂੰ ਇੱਥੋਂ ਬਚ ਜਾਣਾ ਪੈਣਾ ਹੈ ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ ਸੁਣਨਾ ਮਿਲਣਾ ਆਇਆ ਵਿਛੋੜਾ ਸੁਣਨਾ ਕੁਛ ਹੋ ਗਿਆ ਸਿਆਣਿਆ ਅੱਗੇ ਰਹਿਣ ਇੱਥੇ ਕਿਸੇ ਨੇ ਵੀ ਰਹਿਣਾ ਬਾਦਸ਼ਾਹ ਸਾਰੇ ਵਪਾਰੀ ਮਰਨਾ
जो इसे सुखाले ये पुत्रता समूह है कोई नहीं रह सकता, परंतु संगत जी परिवार के पूरी उम्र को के जा रहे हैं, बुजुर्ग होकर भी जा रहे हैं, उनका भी जान का बड़ा वाडा दुख होता है। इस परिवार के अगे बड़िया असह घटना वापरिया, परिवार के बहुत नुकसान होया परिवार का, पर जो जवान अवस्था में कोई जाता नहीं उसका जोड़ा दुख है ना असह आकहे उन्होंने शब्दों का बयान नहीं कर सकता, तो ना ही उन्होंने कोई बर्दाश्त कर सकता। ये विछोड़े का दुख विछोड़े जरूर खबे ना वंजन का करे माता की बाणी नहीं होगी कि जो विछोड़े का दुख है ना जेडे नौ है ना अपने नौ इन्हों जरूर खिंचया जाए वक्त करने की कोशिश की जाए वक्त ना हो जिनी खिंचया तकलीफ होंगी है ना बंदे जो विछोड़े का दुख है उदों भी कितने ज्यादा दुख है बहुत वाला दुख है। सो संगत जी जिमें इस परिवार का एक पुत्र से ना इस तरह साढ़े परिवार का भी पुत्र से क्योंकि साड़ी धी अगर गया जी। सो संगत जी जिते इस परिवार को वाला दुख है करमू वाला परिवार बहुत वाला दुख है बहुत वाली है। ये जिम्मे उन्होंने उन्होंने पिता जी चढ़ाई करके थे कम सो उन्होंने जी माता जी है मावं के होंगे मापिया के होंगे जवान पुत्र चले जाए संगत जी ये चलो माँ नहीं बता होर कौन कर सकता है बट इन्ना वाला दुख है बहुत वही तकलीफ है हर एक तकलीफ है माँ तकलीफ है भावों तकलीफ है चाचा तकलीफ है किनों नहीं तकलीफ तुम सारी संगत आई जो तकलीफ करके आए बहुत दुख है सारे क्योंकि समय तो पहला आए जो मौत है ये आ गई है। सो आप कर कुछ नहीं सकते ये ऐसी तकलीफ है। गुरु अमरदास सच्चे पातशाह बंदगी कर रहे सन गोदवाल साहब लिखे एक माँ का पुत्र चढ़ाई कर गया वो बड़ी विराग के रोए बहुत विराग करे सतगुरु सच्चे पातशाह स्नान करके बंदगी करने वास्ते बैठे पर मन ना टिके उन्होंने सिख नूं कहा कि पता कर कि माता क्यों इन्ना विलाप कर रही क्यों तुम की तकलीफ है। सिखा ने जाके पता किया उन्होंने बैठ के उन्होंने जाके दसिया उन्होंने ये माँ का पुत्र कला कला से चढ़ाई कर गया वा इस करके बहुत तकलीफ है माता को आगे गुरु महाराज सच्चे पातशाह दसिया कि माता इस करके विराग कर रही सब कुछ सच्चे पातशाह वो माता का दुख सहार ना सके तकलीफ ना सहार सके क्योंकि बहुत विराग करती सी माता ने कह दिता वचन कर दिता कि अज तो बाद गोविंदवाल साहब के किसी का पुत्र नहीं चढ़ाई करूँगा कोई माँ पुत करके नहीं रोकूगी। सो संगत जी ऐसी तकलीफ माँ की जो ने विराग किया गुरु महाराज नहीं बर्दाश्त कर सके ऐडा दुख है। सो बहुत तकलीफ है किनू नहीं तकलीफ हर एक तकलीफ है। सो आप कर कुछ नहीं सकते सच्चे पातशाह मेहर करे वो जो जिम्मे सारे ने दसिया कि भावें पढ़िया नहीं सी बहुता पर दिमाग बहुत सी उन्हें सो ऐसा उसका जीवन से साड़ी पुत्री जी उन्होंने व्याई है अज तक कभी भी उन्हें कोई यह नहीं किया कि मैं आ तकलीफ है ऐसा जीवन दोवे ने प्रेम ना सत्कार उन्होंने जीवया बहुत वधिया जीवन जी रहा। सो सतगुरु पातशाह मेहर करे तकलीफ हर एक गुरुआ सानू ही तू ही जिन्हें तुम आए जो क्योंकि समय में जी पहला एक तरह की अचानक मौत है दरियावे करने बगला बैठा केयर करे केयर करे अजन अंजन अजंते बाज पाए बाज पाए शराब दे के स्त्रियाँ जो मन चेतना चेते सन सो गल ही रख दियाँ ये पंक्तियां बिन उस काका जी ने ढुकदियां ने क्योंकि साडा छोटा भरा प्रगट सिंह मिलने वास्ते उन्होंने स्पत्नी मिलने वास्ते आए सन तो वह तीन चार बजे इतों वापस गए तो जो सुनिया मिले शाम को वो कोई सच मन तैयार नहीं कि यह किमें हो सकता होने उन्होंने मिल के आए हैं चंगे भले से सुख शांति बैठे से। सो महाराज मेरे सच्चे पातशाह ऐसी तकलीफ किसी को ना आए तो खास करके अरदास करो संगत के रूप एक जो परिवार है कि बहुत इन्होंने घटना वापरिया ने संगत अरदास करे सच्चे पातशाह प्रवान कर देते हैं अरदास करो मन में सारी संगत सच्चे पातशाह अगे वास्ते इस परिवार से सुख शांति बरताओ कि परिवार सुख न जीवन बतीत करे तो जिस तरह लोगों के नाल प्यार है इन्हों का तो परिवार बहुत वड्डा है कि लोगों के नाल संगत के नाल प्यार रखते हैं प्यार रखे सरदार हरमिंदर सिंह गिल की गल की गई है नेक इंसान है सरदार हरमिंदर सिंह गिल
उन्होंने इतना प्रेम से तो मैं धनवाद करना उन्होंने उन्होंने टीम आई आ दुख के आइए ना तो सियाने कहते दुख घटता तो जो सुख के आइए खुशी में आइए तो खुशी वही है तुम जिन्हें भी आए जो संगत रूप आए जो सारे जिम्मेवार आए हैं सारे का धनवाद करते हैं क्योंकि आने दुख घटता मन लगती है सो सच्चे पातशाह के चरणों में अरदास बेनती करते हैं सच्चे पातशाह मेहर करो रहम करो जे कि जीवन मजीद करते हैं जाने जाने अनजाने की भुल की हो कबीर सुनो मे संतो खेद ही करो मेरा अब की बार बख्श बंदे को बहुत न भजन मेरा दे महामात्मा अनुसार सबू सच्चे पातशाह मेहर करो रहम करो जे कि जीवन मजीद करते हैं काका जी तो गलती भी हो गई होजान भी हो गई हो माफ कर दौ उन्होंने रूह में अपने चरणों से भी नवाज दस बाबा जी ने कथा की है कि जे आप कई ना माफ करो मैं कई ना आप आने दुख के समय उदो आप थोड़ा जि चेता मौका रहेगा जे कि मौत का चेता सारे रहे ना तो फिर अकाल मुख सच्चे पातशाह चेता रहता कि डरों का मौत आ गया मौत का ना लैंड कोई प्यार नहीं कोई सुन प्यार नहीं गा सो सच्चे पातशाह जो मेहर करना चंगे भागों मौत चेती आँगी जो डरना नहीं हटना चाहिए क्योंकि जो मौत का चेता रहेगा इंसान माड़ा कर्म नहीं करेगा चंगा कर्म करेगा बाबा भोला सिंह जी होना साढ़ा भी प्यार इस परिवार का बड़ा प्यार बाबा जी दसते कल गए साढ़े नगर पिंड तो वो दसते कि यू चेता बड़ा रखता भी मौत का सो मैं समझा भी फिर संत लोग से ज्ञानी एवं भी इन कहते कि वो ही इंसान चेते रखता जिसे रब की कृपा हो सो सच्चे पातशाह मेहर कर उन्होंने रूह में अपने चरणों से भी दुआ पूछा पिछले परिवार से जो बहुत बड़ा दुख है भारी दुख है छोटे छोटे बच्चे आ मापिया तो बगैर जो बच्चों का हक था अपना सारे पता सो महाराज सच्चे पातशाह मेहर कर परिवार के तंदुरुस्तियां बख्शन उन्होंने समर्थ बख्शन चंगे निकल तो जी जी तकलीफ आना जो चंगे निकल बचे फिर तकलीफ भर जाती है मेहर करे जरूर सच्चे पातशाह परिवार ने मेहर भर सिर से रखे सारे से रखे सारे परिवार को सुख शांति सच्चे पातशाह रखना एक बेनती मेरी जरूरी यह है कि गुरु वाले जरूर बने खंडे बाटा का अमृत छके छके गुरु वाले जरूर बनो तुम ग्रंथ साहब सच्चे पातशाह के डर लगे हो बाणी के बाणी के धारती जरूर हो मेरी बेनती जरूरी प्रवान करें क्योंकि मेरी ड्यूटी है सो बोलदा कई बार गलती हो जाती है तुम गुरु ग्रंथ साहब सच्चे पातशाह तो गुरु की संगत गलती को माफ कर दौ तो मैं फिर अच्छे फतेह अर्ज कर लगा भावें आप तकलीफ से बैठी है दुख से बैठी है सो कुछ भी होइए ये फतेह सतगुरु की फतेह जरूर मिला करो वाहेगुरु जी का खालसा बड़ी दुखदाई घटना बनती है तुहाडे पिंड दे बहुत ही सूझवान अगां वधू नौजवान मोड़ा परिवार का एक बहुत ही होनहार मैंबर और साडी कांग्रेस पार्टी वास्ते दिन को रात सोचण वाला सरदार सुखजिंदर सिंह अचनचेती सानू छड्ड के चले गया बेशक बंदा बुढ़ा होकर चले जाए तो घर के बहुत बड़ा घाटा पै गया पर जदों पर जवानी के बिना लंबी चौड़ी बीमारी तो अचनचेती को मैंबर छड़ के चले जाता है तो दुख होर भी बहुत बड़ा हो जाता है ठीक गल कही है गुरबाणी के जो मन चेतना चेते सन सो गल ही ना हो सानू चित ख्याल नहीं सी पर जदों इतों सुनिया गया कि सुखजिंदर सिंह चढ़ाई कर गया तो यकीन नहीं सी आता थोड़ा जिहा ढिला हो गया सट लग गई वो भी अपनी सट बारे भी अपडेट करता रहता सी फेसबुक पर ते पर एडा गंभीरता नहीं सी पता कि कोई इन्नी छेती सानू छड्ड के चले जाएगा एक दिन उन्हें फेसबुक पर करद्या करद्या एक कमेंट लिखा कि दुख वेले सानू सारे एक दूजे के शरीक होना चाहिए तो मैं ये समझ आई उदों के गल की नहीं कह रहा है जिस दिन मैं अफसोस करने वास्ते आया तो मैं बलविंदर सिंह ने दसिया कि चढ़ाई होने चढ़ाई कर एक दो मिनट पहला जो तकलीफ हुई तो मैं पूछा सुखजिंदर सिंह ठीक है
ਉਹ ਕਹਿੰਦਾ ਨਹੀਂ ਹੁਣ ਮੈਂ ਛੱਡ ਕੇ ਚਲੇ ਜਾਣਾ। ਸੋ ਉਹਨੂੰ ਇਸ ਗੱਲ ਦਾ ਅੰਦਰ ਗਿਆਨ ਸੀ ਇਹ ਸਮਾਂ ਉਹਦੇ ਵਾਸਤੇ ਆਖਰੀ ਸਮਾਂ ਹੈ। 40-41 ਸਾਲ ਦੀ ਉਮਰ, ਪਿੰਡਾਂ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਬਾਹਰ ਹੋਣੇ, ਕਿਉਂਕਿ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਪਹਿਲਾਂ ਪਹਿਲ ਸਾਡੇ ਕੋਲ ਟੈਲੀਫੋਨ ਨਹੀਂ ਸੀ ਹੁੰਦੇ, ਫਿਰ ਟੈਲੀਫੋਨ ਆਏ, ਫਿਰ ਮੋਬਾਈਲ ਫੋਨ ਆਏ, ਫਿਰ ਮੋਬਾਈਲ ਨੂੰ ਘੁੱਕਦਿਆਂ ਘੁੱਕਦਿਆਂ ਫੇਸਬੁੱਕ ਬਣ ਗਈ। ਹੁਣ ਫੇਸਬੁੱਕ ਅਤੇ ਵਟਸਐਪ ਪਿੰਡਾਂ ਦੇ ਵਿੱਚ ਬਹੁਤ ਘੱਟ ਲੋਕ ਚਲਾਉਂਦੇ ਨੇ, ਔਰ ਜਿਹੜੇ ਲੋਕ ਚਲਾਉਂਦੇ ਨੇ ਉਹਨਾਂ ਨੂੰ ਦੁਨੀਆ ਦੀ ਸੋਝ ਹੀ ਹੁੰਦੀ ਹੈ ਕਿੱਥੇ ਕੀ ਘਟਨਾ ਵਾਪਰਦੀ ਹੈ। ਆਮ ਤੌਰ 'ਤੇ ਅਸੀਂ ਪਹਿਲਾਂ ਅਖਬਾਰਾਂ ਦੀਆਂ ਖਬਰਾਂ 'ਤੇ ਡਿਪੈਂਡ ਹੁੰਦੇ ਸੀ ਕਿ ਅਖਬਾਰ ਆਏਗੀ ਪਤਾ ਲੱਗੇਗਾ ਕਿ ਫਲਾਣੇ ਥਾਂ 'ਤੇ ਕਿਹੜੀ ਘਟਨਾ ਵਾਪਰੀ ਹੈ, ਪਰ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਕਦੇ ਵੀ ਘਟਨਾ ਵਾਪਰਨ ਦੇ ਨਾਲ ਨਾਲ ਜਦੋਂ ਫੇਸਬੁੱਕ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਉਸ ਵੇਲੇ ਪਤਾ ਲੱਗ ਜਾਂਦਾ ਹੈ ਕਿ ਅੱਜ ਫਲਾਣੇ ਥਾਂ ਆਹ ਗੱਲ ਹੋ ਗਈ ਹੈ। ਲੋਕਾਂ ਦਾ ਟ੍ਰੈਂਡ ਕਿਸ ਕਿਸਮ ਦਾ ਹੈ, ਰਾਜਨੀਤਿਕ ਲਹਿਰਾਂ ਕਿਵੇਂ ਚੱਲਦੀਆਂ ਨੇ, ਇਹ ਸਾਰੀ ਖਬਰ ਦੀ ਸਰਦਾਰ ਸੁਖਜਿੰਦਰ ਸਿੰਘ ਨੂੰ ਸੋਚੀ ਰਹਿੰਦੀ ਸੀ। ਕੋਈ ਵੀ ਗਤੀਵਿਧੀ ਹੋਣੀ ਇਹਨਾਂ ਨੇ ਨਾਲ ਨਾਲ ਦੱਸਦੇ ਰਹਿਣਾ ਸੀ। ਔਰ ਮੈਨੂੰ ਇਸ ਗੱਲ 'ਤੇ ਬੜਾ ਮਾਣ ਹੈ ਕਿ ਇਸ ਪਰਿਵਾਰ ਦਾ ਰਿਸ਼ਤਾ ਜਥੇਦਾਰ ਮੋਹਨ ਸਿੰਘ ਕੁੜ ਜੀ ਨਾਲ ਹੈ। ਜ਼ਿਕਰ ਕਰਕੇ ਅਕਾਲੀ ਦਲ ਦੀ ਬੜੀ ਵੱਡੀ ਲੜਾਈ ਲੜੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਔਰ ਮੈਂਬਰ ਪਾਰਲੀਮੈਂਟ ਵੀ ਰਹੇ, ਔਰ ਮੈਨੂੰ ਇਹ ਵੀ ਥੋੜ੍ਹਾ ਜਿਹਾ ਪਤਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੋੜ੍ਹਾ ਸਮਾਂ ਜਥੇਦਾਰ ਵੀ ਰਹੇ ਔਰ ਬੜਾ ਵੱਡਾ ਯੋਗਦਾਨ ਔਰ ਇਸ ਪਰਿਵਾਰ ਦੇ ਨਾਲ ਸਰਦਾਰ ਚੈਨ ਸਿੰਘ ਜੀ ਦੇ ਨਾਲ ਰਿਸ਼ਤੇਦਾਰੀ ਬਣੀ ਔਰ ਸਰਦਾਰ ਚੈਨ ਸਿੰਘ ਜੀ ਨੇ ਇਸ ਨਗਰ ਦੀ ਕਾਫੀ ਲੰਬਾ ਸਮਾਂ ਸਰਪੰਚੀ ਕੀਤੀ ਔਰ ਇਹ ਪਰਿਵਾਰ ਜਿਹੜੇ ਇੰਨੀਆਂ ਪੂਰੀਆਂ ਰਿਸ਼ਤੇਦਾਰੀਆਂ ਵਾਲੇ ਪਰਿਵਾਰ ਉਹਨਾਂ ਸਾਰੇ ਪਰਿਵਾਰਾਂ ਨੂੰ ਪੰਥਕ ਪਰਿਵਾਰ ਕਿਹਾ ਜਾਂਦਾ ਸੀ। ਅਤੇ ਜਦੋਂ ਮੈਂ ਕਿਸੇ ਬਹਾਨੇ ਮੈਨੂੰ ਕਾਂਗਰਸ ਵਿੱਚ ਜਾਣਾ ਪਿਆ ਅਤੇ ਜਦੋਂ ਮੈਂ ਇਲੈਕਸ਼ਨ ਲੜਨ ਲੱਗਿਆ ਅਤੇ ਮੇਰਾ ਇਹ ਪਰਿਵਾਰ ਨੇ ਮੇਰਾ ਜਦੋਂ ਸਾਥ ਦਿੱਤਾ ਤਾਂ ਮੇਰੇ ਮਨ ਵਿੱਚ ਇੱਕ ਤਸੱਲੀ ਹੋਈ ਕਿ ਘੱਟੋ ਘੱਟ ਮੇਰੇ 'ਤੇ ਗੈਰ ਪੰਥਕ ਹੋਣ ਦਾ ਟੈਗ ਨਹੀਂ ਲੱਗੇਗਾ। ਜਦੋਂ ਪੰਥਕ ਲੋਕ ਪੰਥਕ ਪਰਿਵਾਰ ਮੇਰੇ ਨਾਲ ਚੱਲਣਗੇ ਤਾਂ ਘੱਟੋ ਘੱਟ ਮੈਨੂੰ ਕੋਈ ਇਹ ਨਹੀਂ ਕਹੇਗਾ ਤੂੰ ਗੈਰ ਪੰਥਕ ਹੈ। ਔਰ ਮੈਨੂੰ ਬੜਾ ਹੀ ਇਸ ਪਰਿਵਾਰ 'ਤੇ ਪੂਰਾ ਪਰਿਵਾਰ 'ਤੇ ਬੜਾ ਮਾਣ ਹੈ। ਮੈਂ ਬਜ਼ੁਰਗਾਂ ਦੇ ਦਰਸ਼ਨ ਤਾਂ ਨਹੀਂ ਕਰ ਸਕਿਆ ਪਰ ਇਸ ਪਰਿਵਾਰ ਦੇ ਜਿਹੜੇ ਫਰਜ਼ੰਦ ਨੇ ਸੁਖਜਿੰਦਰ ਸਿੰਘ ਸੀ, ਗੁਰਵਿੰਦਰ ਸਿੰਘ ਨੇ, ਦਲਜਿੰਦਰ ਸਿੰਘ ਔਰ ਸਰਦਾਰ ਬਖਸ਼ੀਸ਼ ਸਿੰਘ ਜੀ ਨੇ, ਇਹਨਾਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਔਰ ਬੜੇ ਨਿਸ਼ਕਾਮ ਅਤੇ ਬੜੇ ਨਿਰਮਾਣ ਅਤੇ ਬਹੁਤ ਹੀ ਨਿਮਰਤਾ ਦੇ ਨਾਲ ਚੱਲਣ ਵਾਲੇ। ਕਦੇ ਕੋਈ ਬਹੁਤੀਆਂ ਲੰਬੀਆਂ ਚੌੜੀਆਂ ਨਾਰਾਜ਼ਗੀਆਂ ਨਹੀਂ, ਕਦੇ ਕੋਈ ਆਸਾਨ ਨਹੀਂ ਕਰਨਾ ਔਰ ਬੜੇ ਸਹਿਜ ਸੁਭਾਅ ਦੇ ਨਾਲ ਬੜੀ ਨਿਗਰ ਮਦਦ ਕਰਨ ਵਾਲੇ। ਅਸਲ ਦੇ ਵਿੱਚ ਜਦੋਂ ਬੜੀਆਂ ਬੜੀਆਂ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਤਬਦੀਲੀਆਂ ਦੇ ਵਿੱਚ ਚੰਦ ਲੋਕ ਜਿਹੜੇ ਨਿੱਘਰ ਸੋਚ ਦੇ ਮਾਲਕ ਹੁੰਦੇ ਨੇ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ ਔਰ ਉਹ ਜਿਹੜੀ ਇੱਥੇ ਮਾਝੇ ਦੇ ਵਿੱਚ ਤਬਦੀਲੀ ਆਈ ਉਹਦੇ ਵਿੱਚ ਇਹਨਾਂ ਲੋਕਾਂ ਦਾ ਬੜਾ ਵੱਡਾ ਯੋਗਦਾਨ ਹੈ। ਔਰ ਮੈਨੂੰ ਕਈ ਵਾਰੀ ਮਾਣ ਸੀ ਕਿ ਜਦੋਂ ਸੁਖਜਿੰਦਰ ਨੇ ਮਿਲਣਾ ਮੈਂ ਉਹਨੂੰ ਕਹਿਣਾ ਯਾਰ ਤੇਰਾ ਤਾਂ ਭਾਵੇਂ ਪਤਾ ਨਾ ਹੋਵੇ ਪਰ ਫੇਸਬੁੱਕ ਤੋਂ ਪਤਾ ਲੱਗ ਜਾਂਦਾ ਤੂੰ ਕਿੱਥੇ ਹੈ, ਅਤੇ ਮੈਂ ਹੱਸਦੇ ਹੱਸਦਿਆਂ ਕਹਿਣਾ ਮੈਂ ਤੇਰੇ ਨਾਲ ਫੋਟੋ ਜ਼ਰੂਰ ਲਵਾਉਣੀ ਹੈ, ਜੇ ਤੇਰੇ ਨਾਲ ਫੋਟੋ ਲੱਗੀ ਹੋਏਗੀ ਸੁਖਜਿੰਦਰ ਤੋਂ ਫੇਸਬੁੱਕ 'ਤੇ ਪਾਏਗਾ ਲੋਕਾਂ ਨੂੰ ਚਾਹੇ ਤੁਹਾਨੂੰ ਪਤਾ ਲੱਗੇਗਾ, ਅਤੇ ਮੈਂ ਉਹਨੂੰ ਜ਼ਬਰਦਸਤੀ ਕਈ ਵਾਰੀ ਫੋਟੋ ਲਵਾਉਣੀ ਮੇਰੀ ਫੋਟੋ ਜ਼ਰੂਰ ਲਾ। ਮੈਨੂੰ ਆਸ ਸੀ ਕਿ ਇਹ ਮੇਰਾ ਭਰਾ ਬਹੁਤ ਲੰਮਾ ਸਮਾਂ ਪਾਰੀ ਖੇਡ ਕੇ ਜਾਏਗਾ, ਡਟ ਕੇ ਸਾਡਾ ਸਾਥ ਸਹਿਯੋਗ ਦੇਗਾ ਔਰ ਇਹਨਾਂ ਬੰਦਿਆਂ ਕਰਕੇ ਕਈ ਵਾਰੀ ਜਥੇਬੰਦੀਆਂ ਤਕੜੀਆਂ ਹੁੰਦੀਆਂ ਨੇ, ਜਥੇਬੰਦੀਆਂ ਬੰਦਿਆਂ ਨਾਲ ਤਕੜੀਆਂ ਰਹਿੰਦੀਆਂ ਨੇ, ਜਦੋਂ ਤਕੜੇ ਬੰਦੇ ਤੁਰ ਜਾਣ ਜਥੇਬੰਦੀਆਂ ਨੂੰ ਬਹੁਤ ਵੱਡਾ ਘਾਟਾ ਪੈਂਦਾ। ਜਥੇਦਾਰ ਮੋਹਨ ਸਿੰਘ ਕੁੜ ਜੀ ਦੇ ਤੁਰ ਜਾਣ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਉਹਨਾਂ ਦੀ ਕੁਰਬਾਨੀ ਨੂੰ ਲੋਕਾਂ ਨੇ ਪੁੱਜਿਆ। ਜਥੇਦਾਰ ਲਹਿਣਾ ਸਿੰਘ ਤੁਰ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਜਥੇਦਾਰ ਤਰਲੋਚਨ ਸਿੰਘ ਤੁਰ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਕਿਉਂਕਿ ਪੰਜਾਬ ਦੇ ਲੋਕਾਂ ਦੀ ਖਾਸੀਅਤ ਹੈ ਇਹ ਕੁਰਬਾਨੀ ਨੂੰ ਪੂਜਦੇ ਰਹੇ, ਕਿਉਂਕਿ ਬੇਸ਼ੱਕ ਬੜੇ ਲੰਮੇ ਲੰਮੇ ਬੜੇ ਵੱਡੀਆਂ ਵੱਡੀਆਂ ਜਾਇਦਾਦ ਦੇ ਮਾਲਕ ਵੀ ਇਸ ਪੰਜਾਬ ਦੀ ਧਰਤੀ 'ਤੇ ਆਏ, ਉਹਨਾਂ ਨੇ ਆਪਣੇ ਢੰਗ ਨਾਲ ਯੋਗਦਾਨ ਪਾਇਆ, ਪਰ ਸਾਡੀ ਅਰਦਾਸ ਤੋਂ ਲੈ ਕੇ ਅਰਦਾਸ ਦੇ ਵਿੱਚ ਵੀ ਉਹਨਾਂ ਲੋਕਾਂ ਦਾ ਵਰਣਨ ਹੈ ਜਿੱਦਾਂ ਨੇ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਕੌਮ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਧਿਆਨ ਕਰਕੇ ਸਾਨੂੰ ਵਾਹਿਗੁਰੂ ਕਹਿਣ ਦੀ ਤਾਕੀਦ ਕੀਤੀ ਜਾਂਦੀ ਹੈ।
ਸੋ ਕੁਰਬਾਨੀ ਇਹ ਮਾਝੇ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦੀ ਹੈ ਔਰ ਇਹ ਪਰਿਵਾਰ ਜਿਹੜਾ ਇਹੋ ਜਿਹੇ ਪਰਿਵਾਰ ਦਾ ਰਿਸ਼ਤਾ ਹੋਣਾ ਬੜੇ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਮੈਂ ਵੀ ਕਈ ਵਾਰੀ ਜਦੋਂ ਤੁਰਦਿਆਂ ਫਿਰਦਿਆਂ ਮੈਂ ਕਈ ਵਾਰੀ ਕਹਿੰਦਾ ਕਿ ਮੇਰੇ ਪਿਛੋਕੜ ਦੇ ਵਿੱਚ ਕੋਈ ਰਾਜਨੀਤਿਕ ਪਿਛੋਕੜ ਤਾਂ ਨਹੀਂ ਕਿ ਮੇਰੇ ਪਰਿਵਾਰ ਦੇ ਵਿੱਚ ਕੋਈ ਮੰਤਰੀ ਜਾਂ ਮੁੱਖ ਮੰਤਰੀ ਰਿਹਾ ਹੋਵੇ ਪਰ ਮੈਨੂੰ ਇੰਨਾ ਜ਼ਰੂਰ ਮਾਣ ਹੈ ਕਿ ਮੇਰੇ ਬਾਪ ਜਿਹੜੇ ਸੀ ਜਿਹੜੇ ਮੇਰੇ ਪਿਤਾ ਸੀ ਉਹ ਹਰਿਮੰਦਰ ਸਾਹਿਬ ਕਥਾ ਕਰਦੇ ਰਹੇ ਔਰ ਇੱਕ ਬੜਾ ਵੱਡੀ ਪਿਛੋਕੜ ਹੈ ਬੜਾ ਵੱਡਾ ਮਾਣ ਹੈ ਕਿਉਂਕਿ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਜਿਹੜਾ ਸਾਡਾ ਧਾਰਮਿਕ ਵਿਰਸਾ ਹੈ ਇਹ ਸਭ ਤੋਂ ਵੱਡਾ ਜ਼ਰੂਰੀ ਹੈ ਸਾਡੀਆਂ ਰਾਜਨੀਤਿਕ ਪਾਰਟੀਆਂ ਗੁਰਦੁਆਰੇ ਤੋਂ ਬਾਹਰ ਰਹਿ ਜਾਂਦੀਆਂ ਨੇ ਔਰ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਛੋਟੇ ਛੋਟੇ ਸਾਡੇ ਭੈਣ ਜੀ ਨੇ ਬਾਕੀ ਪਰਿਵਾਰ ਹੈ ਉਹਨਾਂ ਨੂੰ ਇਹ ਜਿਹੜਾ ਪਹਾੜ ਜਿਹੜਾ ਸਦਮਾ ਹੈ ਉਹ ਬਰਦਾਸ਼ਤ ਕਰਨ ਦਾ ਬਲ ਬਖਸ਼ਿਓ ਔਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਰਕਾਰ ਵੱਲੋਂ ਇਸ ਗੱਲ ਦਾ ਭਰੋਸਾ ਦਿਵਾਉਣਾ ਇਹ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੈਨੂੰ ਜਦੋਂ ਵੀ ਯਾਦ ਕਰਨਗੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸੁਖਵਾ ਬਣਾਇਆ ਪੜਦਾ ਅਤੇ ਜਿਹੜਾ ਸੁਖਵਾ ਖੁਸ਼ੀ ਆ ਉਹ ਬਣਾਇਆ ਵਾਧੀ ਆ ਸਾਨੂੰ ਬੜਾ ਧਾਰਸ ਮਿਲਿਆ ਵਾ ਤੁਸੀਂ ਸਾਡੇ ਨਾਲ ਇੱਥੇ ਕੰਧੇ ਨਾਲ ਕੰਧਾ ਬਣਾ ਕੇ ਬੈਠੇ ਜੇ ਹੁਣ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਗੁਰੂ ਦਾ ਲੰਗਰ ਬਾਹਰ ਤਿਆਰ ਵਾ ਔਰ ਜ਼ੋਰ ਬੇਨਤੀ ਆ ਵੀ ਸਾਰਿਆਂ ਨੇ ਸਾਥ ਕੇ ਆਪਾਂ ਜਾਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਦੀ ਘੜੀ ਦੇ ਵਿੱਚ ਪਹੁੰਚ ਕਰਕੇ ਇਸ ਰੂਪ ਨੂੰ ਬਣਾਉਣਾ ਕੀਤਾ ਵਾ ਸੋ ਜਿੰਨੀਆਂ ਵੀ ਸੰਗਤਾਂ ਨੇ ਪਾਈ ਇਸ ਨਗਰ ਦੇ ਵਿੱਚ ਪਹੁੰਚ ਕਰਕੇ ਆਪਣੇ ਕਦਮ ਪਾਏ ਨੇ ਸਾਰਿਆਂ ਦੇ ਕਦਮ ਪਾਏ ਸਰਬੰਦੇ ਆ ਸੋ ਹੁਣ ਸਤਿਕਾਰਯੋਗ ਮਹਾਂਪੁਰਖ ਬਾਬਾ ਭੋਲਾ ਸਿੰਘ ਝੋੜਾ ਵੱਲੋਂ ਭੇਜੇ ਹੋਏ ਉਹਨਾਂ ਦੇ ਪ੍ਰਾਤਾ ਬਾਬਾ ਕਸ਼ਮੀਰ ਸਿੰਘ ਝੋੜਾ ਵੱਲੋਂ ਸੇਵ ਪਰਿਵਾਰ ਨੂੰ ਉਹਨਾਂ ਵੱਲੋਂ ਪਾਈ ਜੋ ਲੋਹੀ ਉਹ ਭੇਜੀ ਗਈ ਆ ਉਹ ਸੇਵ ਪਰਿਵਾਰ ਨੂੰ ਬੇਨਤੀ ਆ ਕੇ ਪ੍ਰਵਾਨ ਕਰਨਾ ਸੋ ਇੱਥੇ ਹੀ ਭਾਈ ਨੂੰ ਪ੍ਰਵਾਨ ਦੀ ਸਮਾਪਤੀ ਆ ਸਿੰਘਾਂ ਦੇ ਪ੍ਰਤੀ ਬੇਨਤੀ ਆ ਕਰੋ ਜਿਹੜੀ ਉਹ ਬਣਾਈ ਜਾਵੇ ਅਤੇ ਉਸ ਤੋਂ ਬਾਅਦ